ਹਸਪੀਟਲ ਦਾ ਕੋਈ ਕੇਸ ਤਾਂ ਫੜਨ ਦੀ ਗੱਲ ਹੈ ਬਾਈ, ਇੰਟਰਵਿਊ ਨਹੀਂ ਹੁੰਦੇ ਕਰਦੇ ਸੀ ਕਰੋਨਾ ਟੈਸਟ ਵੀ ਨਾ। ਤਾਂ ਮੈਂ ਇੱਕ ਮੈਡੀਕਲ ਸਟੋਰ ਤੇ ਦਵਾਈ ਲੈਣ ਖੜਿਆ। ਕੁਛ ਨਹੀਂ, ਜ਼ੋਰ ਨਹੀਂ ਯਾਰ, ਤਕਨੀਕੀ ਕੰਮ ਨਹੀਂ। ਫਿਰ ਤਾਂ ਤੁਹਾਡਾ ਮਨਪਸੰਦ ਵੀ ਹੋ ਜਾਣਾ ਜੀ। ਮੇਰੇ ਮਨ ਮੈਂ ਆਪਣੇ ਮੁੰਡੇ ਦਾ ਨਾਮ ਉੱਤੇ ਰੱਖਿਆ ਹੋਇਆ ਨਾਰਾਇਣ ਸਿੰਘ। ਕੀ ਚੱਕਰ ਬਾਈ, ਧਰਮੇ ਆ ਇੱਕ ਬਿਜ਼ਨਸਮੈਨ ਦਾ ਵੀ ਘਾਟਾ ਪੂਰਾ ਹੋ ਜਾਊਗਾ, ਕੋਈ ਦੁਕਾਨਦਾਰ ਹੈ ਉਹਦਾ ਵੀ ਘਾਟਾ ਪੂਰਾ ਹੋ ਜਾਊ, ਕੋਈ ਜੋਬ ਕਰਦਾ ਉਹਦਾ ਵੀ ਘਾਟਾ ਪੂਰਾ ਹੋ ਜਾਊ। ਪਰ ਅਸੀਂ ਆਪਣਾ ਖੇਤੀਬਾੜੀ ਵੀ ਕਰਦੇ ਹਾਂ ਅਤੇ ਮੱਝਾਂ ਮੁੱਝਾਂ ਚੰਗੀਆਂ ਰੱਖੀਆਂ ਹੋਈਆਂ ਬਾਈ ਮੈਂ। ਹਾਂਜੀ, ਪੂਰੇ ਸ਼ੌਂਕ ਨਾਲ ਕੰਮ ਕਰਦੇ ਹਾਂ। ਉਹ ਫੋਟੋ ਹੁਣ ਵੀ ਸਕਰੀਨ ਸੇਵ ਲਾ ਕੇ ਰੱਖਦਾ ਸੀ, ਵਟਸਐਪ ਤੇ ਵੀ ਲਾ ਕੇ ਰੱਖਦਾ ਸੀ, ਲੋਕਾਂ ਨੂੰ ਪਹਿਲਾਂ ਤਾਂ ਆਈ ਸੀ ਕਿ ਇਹਦੀ ਗੁੜੀਆ ਹੈ ਜੀ। 3-4 ਸਾਲਾਂ ਦੀ ਹੋ ਗਈ ਬਾਈ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਯੂਟਿਊਬ ਚੈਨਲ। ਸੋ ਦੋਸਤੋ, ਅੱਜ ਸਾਡੇ ਨਾਲ ਹੋਣਗੇ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ, ਪ੍ਰਸਿੱਧ ਧਾਵੀ, ਉੱਚੇ ਲੰਮੇ ਕੱਦ ਵਾਲੇ, ਕਿਉਂਕਿ ਦੁਨੀਆ ਦੇ ਵਿੱਚ ਪੂਰੀ ਪ੍ਰਸਿੱਧੀ ਖੱਟੀ ਹੈ ਜਿਨ੍ਹਾਂ ਨੇ, ਗੁਰਦੀਪ ਜੀਰਕਪੁਰ ਦੇ ਨਾਂ ਕਰਕੇ। ਆਓ ਫਿਰ ਅੱਜ ਆਪਾਂ ਕਰਦੇ ਹਾਂ ਬਾਈ ਦੇ ਨਾਲ ਗੱਲਬਾਤ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਵੀਰੇ, ਤੁਹਾਡਾ ਬਹੁਤ ਬਹੁਤ, ਤੁਸੀਂ ਸਾਡੀ ਇੰਟਰਵਿਊ ਕਰਨ ਆਏ ਹੋ ਜੀ। ਬਾਈ ਹੋਰ ਠੀਕ ਠਾਕ ਹੋ ਵੀਰ? ਹਾਂ ਬਾਈ, ਵਧੀਆ, ਚੜ੍ਹਦੀ ਗੱਲ ਆ, ਤੁਸੀਂ ਦੱਸੋ। ਵਧੀਆ ਵੀਰ, ਕਿਰਪਾ ਮਹਾਰਾਜ ਦੀ। ਬਾਈ ਜੀ, ਪਹਿਲਾਂ ਤਾਂ ਸਵਾਲ ਸਾਡਾ ਇਹੀ ਹੈ ਕਿ ਤੁਹਾਨੂੰ ਦੁਨੀਆ ਜਿਹੜੀ ਗੁਰਦੀਪ ਜੀਰਕਪੁਰ ਕਰਕੇ ਜਾਣਦੀ ਹੈ, ਪਰ ਸਾਨੂੰ ਅੱਜ ਪਤਾ ਲੱਗਿਆ ਵੀ ਤੁਹਾਡੇ ਪਿੰਡ ਦਾ, ਤੁਹਾਡੀ ਬੈਕਗ੍ਰਾਉਂਡ ਦਾ, ਤੇ ਪਹਿਲਾਂ ਤੁਸੀਂ ਆਪਣੇ ਜਨਮ ਬਾਰੇ, ਪਿੰਡ ਬਾਰੇ, ਮਾਤਾ ਪਿਤਾ ਬਾਰੇ ਦੱਸੋ ਜੀ। ਜਨਮ ਮੇਰਾ ਵੀਰ 9/7/1992 ਹੋਇਆ ਸੀ ਜੀ, ਆਪਣੇ ਆਹ ਪਿੰਡ ਲਹਿਲੀ ਹੋਇਆ ਸੀ। ਲਹਿਲੀ ਪਿੰਡ? ਲਹਿਲੀ ਪਿੰਡ ਹੈ ਬਾਈ ਮੇਰਾ, ਜਿਹੜਾ ਜਨਮ ਭੂਮੀ ਹੈ ਮੇਰੀ ਲਹਿਲੀ ਹੈ। ਹਾਂਜੀ, ਉਹ ਆਪਣਾ ਸ਼ੁਰੂ ਤੋਂ ਮੈਂ ਜੀਰਕਪੁਰ ਜਾ ਕੇ ਖੇਡਿਆ, ਤਾਂ ਕਰਕੇ ਜੀਰਕਪੁਰ ਮੇਰਾ ਜੁੜਿਆ ਪਿੱਛੇ ਜੀ। ਜੀ ਹਾਂਜੀ, ਪਿੰਡ ਦਾ ਮੇਰਾ ਲਹਿਲੀ ਹੈ, ਇਹ ਜੀਰਕਪੁਰ 18 ਕਿਲੋਮੀਟਰ ਪੈਂਦਾ ਜੀ। ਹਾਂਜੀ ਹਾਂਜੀ, ਅਤੇ ਆਪਣਾ ਜੀਰਕਪੁਰ ਮੇਰਾ ਤਾਂ ਜੁੜ ਹੋ ਗਿਆ ਪਿੱਛੇ, ਮੈਂ ਉੱਥੋਂ ਪਹਿਲੇ ਮੈਚ 1-2 ਖੇਡਿਆ, ਪਿੰਡ ਵਾਰ ਦੇ ਸਾਡੇ ਉਸਤਾਦ ਜੀ ਨੇ ਟੀਮ ਬਣਾ ਕੇ ਸਾਨੂੰ ਭੇਜਿਆ ਮੇਲੇ 'ਤੇ ਖੇਡਣ, ਉੱਥੋਂ ਜੀਰਕਪੁਰ ਦੇ ਨਾਮ 'ਤੇ ਸਾਡਾ ਨਾਮ ਜੁੜ ਗਿਆ। ਉਸ ਤੋਂ ਬਾਅਦ ਮੈਂ ਚੇਂਜ ਵੀ ਨਹੀਂ ਕਰਾਇਆ ਜੀ, ਮੈਂ ਜਿੱਦਾਂ ਚੱਲਦਾ ਚਲੀ ਜਾਣ ਦੋ ਕਿ ਤੇ ਰਹਿਣੇ ਪਿੰਡ ਲੈ ਲਈ। ਹਾਂ, ਪਿੰਡ ਜ਼ਿਲ੍ਹਾ ਮੋਹਾਲੀ। ਹਾਂ, ਜ਼ਿਲ੍ਹਾ ਮੋਹਾਲੀ ਆਪਣਾ ਜੀ। ਜੀ ਹਾਂਜੀ ਹਾਂਜੀ। ਫਾਦਰ ਸਾਹਿਬ ਦਾ ਕੀ ਨਾਮ ਹੈ, ਮਾਤਾ ਜੀ ਦਾ? ਮੇਰੇ ਫਾਦਰ ਸਾਹਿਬ ਸਰਦਾਰ ਹਰਮਿੰਦਰ ਸਿੰਘ ਹੈ ਜੀ। ਜੀ, ਉਹ ਪੰਜਾਬ ਪੁਲਿਸ ਬਤੌਰ ਸਬ ਇੰਸਪੈਕਟਰ ਜੋਬ ਕਰਦੇ ਹੈ। ਮਾਤਾ ਸਰਦਾਰਨੀ ਪਰਮਜੀਤ ਕੌਰ ਜੀ, ਅਤੇ ਇੱਕ ਮੇਰੇ ਸਿਸਟਰ ਹੈ ਜੀ ਮਨਪ੍ਰੀਤ ਕੌਰ, ਵਾਈਫ ਅਮਨਪ੍ਰੀਤ ਕੌਰ, ਇੱਕ ਬੇਟਾ ਹੋਇਆ ਪਿਛਲੇ ਸਾਲ ਮੇਰੇ ਕੋਲ ਜੀ। ਜੀ, ਨਰਵੈਰ ਸਿੰਘ ਨਾਮ ਰੱਖਿਆ ਉਹਦਾ ਜੀ। ਜੀ ਜੀ, ਤੇ ਬਾਈ ਜੀ, ਪੜ੍ਹਾਈ ਤੁਸੀਂ ਕਿੱਥੋਂ ਤੱਕ ਕੀਤੀ ਹੈ? ਮੈਂ ਵੀਰ MA ਕੀਤੀ ਹੋਈ ਹੈ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, BA ਉੱਥੋਂ ਕੀਤੀ ਹੈ, ਫਿਰ ਇੱਕ ਸੈਕਿੰਡ MA ਮੈਂ ਕੀਤੀ ਸੀ ਪਟਿਆਲਾ ਯੂਨੀਵਰਸਿਟੀ ਤੋਂ ਜੀ, ਜਿੱਥੋਂ ਮੈਂ ਖੇਡ ਕੇ ਆਲ ਇੰਡੀਆ ਗੋਲਡ ਮੈਡਲਿਸਟ ਵੀ ਹੋਇਆ ਸੀ। ਵਾਹ ਜੀ ਵਾਹ, ਪੰਜਾਬ ਸਟਾਈਲ ਕਬੱਡੀ 'ਚ ਜੀ। ਜੀ, ਉੱਥੋਂ ਹੀ ਹੋਇਆ ਸੀ ਮੈਂ। ਵਾਹ ਜੀ ਵਾਹ। ਤੇ ਬਾਈ ਜੀ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਹਾਡੇ ਪਰਿਵਾਰ ਦੇ ਵਿੱਚ ਵੀ, ਤੁਹਾਡੇ ਰਿਸ਼ਤੇਦਾਰੀ ਵੀ ਦੇ ਵਿੱਚੋਂ ਵੀ ਸਾਰੇ ਤਕਰੀਬਨ ਆਫਿਸਰ ਨੇ, ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੇ ਨੇ। ਹਾਂਜੀ, ਤੇ ਫਿਰ ਤੁਸੀਂ ਕਬੱਡੀ ਕਿਵੇਂ ਚੁਣੀ, ਤੁਸੀਂ ਕਬੱਡੀ ਵੱਲ ਕਿਵੇਂ ਆਏ, ਕੌਣ ਲੈ ਕੇ ਆਇਆ ਤੁਹਾਨੂੰ? ਬਾਈ, ਸਾਡੇ ਤਾਂ ਤੁਹਾਨੂੰ ਕਹਿ ਦਈਏ ਰਿਸ਼ਤੇਦਾਰੀ 'ਚ ਕਿਹਾ, ਸਾਡੇ ਪਰਿਵਾਰ 'ਚ ਕਿਹਾ, ਕੋਈ ਨੇੜੇ ਤੇੜੇ ਕੌਡੀ ਦਾ ਤੁਹਾਨੂੰ ਪਤਾ ਹੀ ਹੈ, ਖੇਡਦਾ ਨਹੀਂ ਸੀ। ਸਾਡੇ ਫਾਦਰ ਸਾਹਿਬ ਵੀ ਜੋਬ ਕਰਦੇ ਸੀ, ਮੇਰੇ ਤਾਇਆ ਹੁਣੇ ਵੀ, ਸਾਡੇ ਹਾਲ ਕਿ ਜਿਹੜੇ ਜਵਾਈ ਆ, ਸਾਡੇ ਜਵਾਈ ਭਾਈ ਆ, ਉਹ ਵੀ ਸਾਡੇ ਪੰਜਾਬ ਪੁਲਿਸ ਜੋਬ ਕਰਦੇ, ਕੋਈ ਹਰਿਆਣਾ ਪੁਲਿਸ 'ਚ ਹੈ, ਕੋਈ ਕਿਤੇ ਕੋਰਟ 'ਚ ਲੱਗਿਆ ਹੋਇਆ, ਅਤੇ ਸਾਡੇ ਆਪਣਾ ਫੈਮਿਲੀ ਪੂਰੀ ਕਹਿ ਦਈਏ ਕਿ ਜੋਬ ਕਰਦੀ ਸੀ, ਪੜ੍ਹੀ ਲਿਖੀ ਸੀ। ਮੈਂ ਤਾਂ ਇੱਕ ਸਾਡੇ ਪਿੰਡ ਦਾ ਮੁੰਡਾ ਹੀ ਹੈ, ਉਹਦਾ ਨਾਮ ਵੀ ਗੁਰਦੀਪ ਹੈ ਜੀ, ਉਹ ਸਾਨੂੰ ਜੀਰਕਪੁਰ ਲੈ ਗਿਆ, ਕਹਿੰਦਾ ਚੱਲ ਕਬੱਡੀ ਖੇਡ। ਸਾਡੇ ਫਾਦਰ ਸਾਹਿਬ ਤਾਂ ਮੰਨਦੇ ਨਹੀਂ ਸੀਗੇ, ਤਾਂ ਕਾਹਨੂੰ, ਕਹਿੰਦਾ ਚੰਗਾ ਭਲਾ ਤੂੰ ਪੜ੍ਹਦਾ ਕਾਹਨੂੰ, ਕਿਹੜੇ ਕਿੱਤੇ 'ਚ ਪੈਣ ਲੱਗਿਆ। ਹਾਂਜੀ, ਵਧੀਆ ਕੱਦ ਕਾਟ ਹੈ ਵੀ ਤੁਹਾਨੂੰ ਵੀ ਪੰਜਾਬ ਪੁਲਿਸ 'ਚ ਕਰਾਵਾਂਗੇ, ਸੋਚਦੇ ਹੋਣੇ ਜੀ? ਉਹ ਸੋਚਦੇ ਤਾਂ ਹੈ, ਪਰ ਕਰਾਇਆ ਨਹੀਂ ਉਹਨਾਂ ਨੇ ਸਾਨੂੰ, ਤਾਂ ਉਹ ਕਹਿਣ ਲੱਗੇ ਕਿ ਤੁਸੀਂ ਆਪਣਾ ਪੜ੍ਹ ਪੁੜ ਲਓ, ਕਿ ਕਾਹਨੂੰ ਇਹ ਚੱਕਰਾਂ 'ਚ ਪੈਣ ਲੱਗੇ, ਮੈਂ ਨਹੀਂ ਖੇਡ ਕੇ ਦੇਖਣੀ ਆ ਮੈਂ। ਉੱਥੋਂ ਉਹ ਬੰਦਾ ਛੱਡ ਗਿਆ ਕਬੱਡੀ ਖੇਡਣਾ, ਅੱਜ ਮੈਨੂੰ ਇਹੋ ਜਿਹਾ ਕੀੜਾ ਹੋਇਆ ਮੈਂ ਛੱਡ ਨਹੀਂ ਸਕਦਾ ਹੁਣ। ਬਿਲਕੁਲ ਜੀ। ਕਿਹੜੇ ਸਾਲ 'ਚ ਖੇਡੇ ਸੀ ਤੁਸੀਂ? ਮੈਂ ਬਾਈ 2012 ਸ਼ੁਰੂ ਕੀਤੀ ਸੀ ਜੀ ਜੀਰਕਪੁਰ ਤੋਂ। ਹਾਂਜੀ,
ਜੀਰਕਪੁਰ ਤੋਂ ਖੇਡਦਾ ਖੇਡਦਾ ਮੈਂ ਸਭ ਤੋਂ ਪਹਿਲਾਂ ਬਬਲੂ ਦਿਆਲਪੁਰਾ ਉਸਤਾਦ ਹੋਇਆ ਜਿਹਨਾਂ ਕੋਲ ਗਿਆ ਸੀ ਕਬੱਡੀ ਖੇਡਣ ਮੈਂ ਜੀ, ਉਹਨਾਂ ਨੇ ਸਾਨੂੰ ਅੱਗੇ ਮੌਲੀ ਭੇਜ ਦਿੱਤਾ ਮਾਸਟਰ ਜੀ ਉਹਨਾਂ ਕੋਲ, ਮਾਸਟਰ ਭੁਪਿੰਦਰ ਜੀ, ਮਾਸਟਰ ਭੁਪਿੰਦਰ ਸਿੰਘ ਭਿੰਦਾ ਜੀ ਮੱਖਣ ਕੋਚ, ਹਾਂਜੀ ਉਹਨਾਂ ਕੋਲ ਭੇਜ ਦਿੱਤਾ ਮੈਨੂੰ ਜੀ। ਜਦੋਂ ਕਿ ਬਬਲੂ ਦਿਆਲਪੁਰਾ ਵੀ ਉਹਨਾਂ ਦਾ ਚੇਲਾ ਸੀ ਮਾਸਟਰ ਜੀ ਉਹਨਾਂ ਦਾ ਜੀ, ਉਹਨਾਂ ਕੋਲ ਉਹਨਾਂ ਨੇ ਭੇਜ ਦਿੱਤਾ, ਉਹਨਾਂ ਨੂੰ ਹੈਂਡ ਓਵਰ ਕਰਤਾ ਕਿ ਤੁਸੀਂ ਸਾਂਭੋ ਇਹਨਾਂ ਨੂੰ। ਤੁਸੀਂ ਦੇਖ ਲਓ ਕਿ ਉਹਨਾਂ ਨੇ ਮਿਹਨਤ ਕਰਾਈ, ਅੱਜ ਕਿੱਥੇ ਕੌਣ ਨਹੀਂ ਸਾਨੂੰ ਜਾਣਦਾ ਸੀ, ਕਿਹੜੇ ਪਿੰਡ ਤੁਸੀਂ ਇੰਟਰਵਿਊ ਕਰਨ ਆਉਣਾ ਸੀ। ਸਹੀ ਗੱਲ ਹੈ, ਸਹੀ ਗੱਲ ਹੈ, ਕਬੱਡੀ ਕਰਕੇ, ਕਬੱਡੀ ਕਰਕੇ ਹੀ ਹੋਇਆ ਸਭ ਕੁਛ, ਕਬੱਡੀ ਕਰਕੇ ਹੁਣ ਇੰਨਾ ਕੁਛ ਹੋ ਗਿਆ। ਧਰਮੀ ਬਾਈ ਜਦਕਿ ਘਰ ਬਾਰ ਸਾਡਾ ਮਹਾਰਾਜ ਦੀ ਕਿਰਪਾ ਨਾਲ ਸਭ ਕੁਛ ਸਹੀ ਹੈ, ਪਰ ਜਿੱਦਣ ਦੀ ਕਬੱਡੀ ਖੇਡਣ ਲੱਗਿਆ ਮੈਂ 2016 ਤੋਂ ਬਾਹਰ ਗਿਆ ਸੀ, ਫਾਈਨੈਂਸ਼ਲੀ ਵੀ ਕਬੱਡੀ ਕਰਕੇ ਮੈਨੂੰ ਆਪਣੀ ਸਪੋਰਟ ਪੂਰੀ ਹੈ ਜੀ ਜੀ, ਹਾਂ ਕਿ ਘਰ ਤੋਂ ਮੈਂ ਠੀਕ ਹੈ, ਪਰ ਆਪਣੀ ਜਿਹੜੀ ਕਬੱਡੀ ਨੇ ਸਾਨੂੰ ਫਾਈਨੈਂਸ਼ਲੀ ਸਪੋਰਟ ਕੀਤੀ ਉਹ ਮੇਰੀ ਆਪਣੀ ਬਹੁਤ ਵਧੀਆ ਹੋ ਗਈ ਜੀ ਜੀ ਜੀ। ਮੈਂ ਸੋਚਦਾ ਕਿ ਜੇ ਮੈਂ ਜੋਬ ਵੀ ਕਰਦਾ ਹੁੰਦਾ ਇੰਨਾ ਨਹੀਂ, ਬਿਲਕੁਲ ਪੈਸਾ ਬਣ ਜਾਂਦਾ ਪਰ ਨਾ ਨਹੀਂ ਬਣਦਾ ਸੀ, ਨਾ ਨਹੀਂ ਬਣਦਾ ਬਾਈ। ਹੁਣ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਦੀ ਗੱਲ ਦੱਸਦਾ, ਮੇਰਾ ਜਦੋਂ ਮੁੰਡਾ ਹੋਣ ਨੂੰ ਸੀ ਬਾਈ ਹੋਸਪਿਟਲ ਸੀ ਮੈਂ, ਕਰੋਨਾ ਦਾ ਟਾਈਮ ਸੀ, ਹਾਂਜੀ ਹੋਸਪਿਟਲ ਦਾ ਕੋਈ ਕੇਸ ਤਾਂ ਫੜਨ ਦੀ ਗੱਲ ਹੈ ਬਾਈ, ਇੰਟਰ ਵੀ ਨਹੀਂ ਹੋਣ ਦੇ ਕਰਦੇ ਸੀ ਕਰੋਨਾ ਟੈਸਟ ਵੀ ਨਾ, ਤਾਂ ਮੈਂ ਇੱਕ ਮੈਡੀਕਲ ਸਟੋਰ 'ਤੇ ਦਵਾਈ ਲੈਣ ਖੜਿਆ ਜੀ, ਉੱਥੇ ਦੋ ਮੁੰਡੇ ਆਏ 9:30 ਦੀ ਗੱਲ ਹੈ ਬਾਈ ਰਾਤ ਦੀ, ਹਾਂਜੀ ਉਹ ਇਸੇ ਕਰਕੇ ਵੀ ਕਬੱਡੀ ਖੇਡਦਾ ਗੁਰਦੀਪ ਜੀਰਕਪੁਰ ਵਾਲਾ ਆਇਆ, ਹਾਂਜੀ ਉਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਬਾਈ ਉੱਥੇ ਜੀ, ਮੈਂ ਆਪਣੇ ਘਰ ਵੀ ਆਇਆ, ਜਵਾਕ ਹੋਇਆ ਮੇਰੇ, ਤਾਂ ਉਹਨਾਂ ਨੇ ਹੋਸਪਿਟਲ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਮੈਨੂੰ ਜੀ, ਕਿਸ ਕਰਕੇ ਕਿ ਮੁੰਡਾ ਕਬੱਡੀ ਖੇਡਦਾ, ਕਬੱਡੀ ਕਰਕੇ ਕਬੱਡੀ, ਭਾਵੇਂ ਮੈਂ ਕੋਈ ਆਫੀਸਰ ਵੀ ਲੱਗਿਆ ਹੁੰਦਾ ਮੈਨੂੰ ਕੋਈ ਜਾਣ ਪਛਾਣਦਾ ਨਹੀਂ ਸੀ ਯਾਰ, ਬਿਲਕੁਲ ਜੀ ਬਿਲਕੁਲ ਜੀ, ਕਬੱਡੀ ਕਰਕੇ ਹੀ ਹੁੰਦਾ ਜੋ ਕੁਝ ਹੁੰਦਾ, ਹਾਂਜੀ ਹਾਂਜੀ ਬਾਈ ਬਿਲਕੁਲ, ਐਂ ਕਿਹਨੇ ਜਾਣਨਾ ਸੀ ਯਾਰ ਸਾਨੂੰ। ਤੇ ਭਾਈ ਫਿਰ ਤੁਸੀਂ ਸਿੱਧਾ ਓਪਨਿੰਗ ਖੇਡੀ ਸੀ ਕਿ ਵਜਨ ਖੇਡੀ ਹੈ? ਕਦ ਦੇ ਹਿਸਾਬ ਨਾਲ ਤਾਂ ਮਤਲਬ ਓਪਨਿੰਗ ਖੇਡੀ, ਓਪਨਿੰਗ ਖੇਡਿਆ ਬਾਈ, ਸਾਨੂੰ ਤਾਂ ਵਜਨ ਕਬੱਡੀ ਦਾ ਪਤਾ ਹੀ ਨਹੀਂ ਸੀ। ਮੈਂ 2011 'ਚ ਪਹਿਲੇ ਉਹਨਾਂ ਦੇਖਣ ਗਿਆ ਸੀ ਕਬੱਡੀ ਸੁਹਾਣੇ, ਸੁਹਾਣੇ ਦੇਖਣ ਗਿਆ ਮੈਂ, ਉੱਥੇ ਆਪਣਾ ਟੀਮ ਬਣੀ ਹੋਈ ਸੀ ਇਹਨਾਂ ਦੀ, ਸਿਰੇ ਪਿੱਥੋਂ ਨਰਵੈਰ ਕੋਲ ਨਹੀਂ ਉਹਨਾਂ ਦੀ, ਉਹਨਾਂ ਦੇਖ ਕੇ ਮੈਂ ਦੇਖਿਆ, ਫਿਰ ਉੱਥੇ ਹੈਪੀ ਸੈਂਪਲੀ ਵੀ ਖੇਡਿਆ ਸੀ, ਹੈਪੀ ਸੈਂਪਲੀ ਵਾਲੇ ਨੂੰ ਦੇਖ ਕੇ ਮੈਂ ਕਬੱਡੀ ਪਾਉਣ ਲੱਗਿਆ ਸੀ, ਜਿਹੜੀ ਗੱਲ ਹੈ ਜੀ ਜੀ, ਹਾਂ ਤੇ ਆਪਣਾ ਹੋਰ ਫਿਰ ਦੇਖਦਾ ਦੇਖਦਾ ਸਾਲ ਤਾਂ ਮੈਂ ਖੇਡਿਆ ਹੀ ਨਹੀਂ ਕਿਤੇ ਵੀ, ਸੋਚੀ ਗਿਆ ਪਹਿਲਾਂ, ਸੋਚੀ ਗਿਆ ਯਾਰ ਕਿ ਕਰਨਾ ਕੀ ਹੈ, ਕਿ ਖੇਡੀਏ ਕਿ ਨਾ ਖੇਡੀਏ, ਕਿ ਡਰ ਸੀ ਯਾਰ ਜਿਹੜਾ ਮਨ 'ਚ, ਹਾਂਜੀ ਫਿਰ ਉਸਤਾਦ ਨੇ ਸਾਰਾ ਹੀ ਚੱਕਦਾ ਕਿ ਖੇਡ ਕਬੱਡੀ, ਫਿਰ ਮੈਂ ਅਤੇ ਨਰਵੈਰ ਕੋਲ ਨਹੀਂ, ਜਦੋਂ ਤੁਹਾਨੂੰ ਕੀ ਲੱਗਿਆ ਵੀ ਮੈਨੂੰ ਖੇਡਣੀ ਚਾਹੀਦੀ ਹੈ? ਬਈ ਯਾਰ ਉਹ ਸਟਾਈਲ ਹੀ ਬਹੁਤ ਵਧੀਆ ਲੱਗਿਆ ਬੰਦੇ ਦਾ, ਸਿੰਪਲ ਸਾਦਾ ਸਟਾਈਲ, ਕੋਈ ਫੁਕਰੀ ਵਾਲੀ ਗੱਲ ਨਹੀਂ ਕਰਨੀ ਬੰਦੇ ਨੇ, ਮੈਂ ਦੇਖੀ ਗਿਆ ਉਹਨੂੰ ਸਵੇਰ ਤੋਂ ਬੰਦਾ ਉਹ ਕੌਡੀਆਂ ਇੱਕ ਦੋ ਮੈਚ ਪਾਣੀ ਨਹੀਂ ਪਾਉਣੀ, ਫਾਈਨਲ 'ਚ ਬੰਦੇ ਨੇ 10-11 ਕੌਡੀਆਂ ਪਾਈਆਂ, ਇਕੱਲਾ ਹੀ ਮੋਟਰਸਾਈਕਲ ਲੈ ਗਿਆ, ਕੋਈ ਅੱਫਾ ਨਹੀਂ ਖਾਧਾ ਬੰਦੇ ਨੇ, ਬਾਹਰੇ ਟੱਚ ਮਾਰਨੇ, ਕੋਈ ਰੌਲਾ ਨਹੀਂ ਕੁਛ ਨਹੀਂ, ਜ਼ੋਰ ਨਹੀਂ ਯਾਰ, ਤਕਨੀਕੀ ਕੌਡੀ। ਫਿਰ ਤਾਂ ਤੁਹਾਡਾ ਮਨਪਸੰਦ ਵੀ ਹੋਣਾ ਜੀ? ਮੇਰਾ ਮਨ, ਮੈਂ ਆਪਣੇ ਮੁੰਡੇ ਦਾ ਨਾਮ ਉੱਥੇ ਰੱਖਿਆ ਹੋਇਆ ਨਰਵੈਰ ਸਿੰਘ, ਨਰਵੈਰ ਸਿੰਘ ਰੱਖਿਆ ਹੋਇਆ ਬਾਈ ਨਾਮ ਉਹਦੇ ਜੀ। ਫਿਰ ਨਿਕਨੇਮ ਵੀ ਕੋਈ ਰੱਖਣਾ ਜੀ? ਹਾਂ ਕੋਈ ਨਹੀਂ ਰੱਖੂ, ਜੇ ਕਬੱਡੀ ਖੇਡੂਗਾ ਤਾਂ ਰੱਖੂਗੇ ਨਾ, ਬਿਲਕੁਲ। ਫਿਰ ਰੱਬ ਸਬੱਬੀ ਇਹ ਜੀ ਗੱਲ ਹੋਈ, ਜਿਹੜਾ ਬੰਦਾ ਯਾਰ ਆਪਣਾ ਫੇਵਰੇਟ ਹੁੰਦਾ, ਜੇ ਉਹਦੇ ਨਾਲ ਖੇਡ ਲਈਏ ਕਿੰਨਾ ਵਧੀਆ ਹੁੰਦਾ। ਫਿਰ 2 ਸਾਲ ਮੈਂ ਰੁੜਕੇ 'ਚ ਪਿੱਥੋਂ ਵਾਲੇ ਸਿਰੇ ਨਾਲ 3 ਨਰਵੈਰ ਘੋੜੀ ਨਾਲ ਮੈਚ ਵੀ ਖੇਡਿਆ। ਵਾਹ ਜੀ ਵਾਹ, ਫਿਰ ਖੁਸ਼ੀ ਬਾਈ ਕਿੰਨੀ ਕੁ ਉਸ ਟਾਈਮ? ਬਹੁਤ ਖੁਸ਼ੀ ਹੋਈ ਹੈ ਬਾਈ, ਬਾਹਰ ਵੀ ਖੇਡ ਕੇ ਆਇਆ। ਇੱਕ ਤਾਂ ਉਹ ਬੰਦੇ ਯਾਰ ਇੰਨੇ ਸਟਾਰ ਹੈ, ਦੋ ਹੀ ਬੰਦੇ, ਹਾਂਜੀ ਮੈਨੂੰ ਲੱਗਦਾ ਜਿੰਨੀ ਕੁ ਪਿੰਡ ਵਾਰ ਉਹਨੇ ਜਿੱਤੀ ਹੈ ਪੰਜਾਬ 'ਚ ਕੋਈ ਜਿੱਤ ਨਹੀਂ ਸਕਦਾ। ਬਿਲਕੁਲ ਜੀ, ਜਿੰਨੇ ਉਹ ਦੇਸੀ ਬੰਦੇ ਆ, ਲੋਕਾਂ ਦੇ ਮਨਾਂ 'ਚ ਇੰਨੇ ਚੜੇ ਹੋਏ ਆ ਕਿ ਬੇਹਿਸਾਬ ਹੈ ਬੰਦੇ ਯਾਰ ਉਹ। ਜੇ ਉਹਨਾਂ ਦਾ ਮਿਲਣਾ ਵਰਤਣਾ ਦੇਖੀਏ ਭਾਈ, ਜਮਾ ਹੀ ਸਿੰਪਲ ਹੈ, ਐਡੇ ਸਟਾਰ ਬੰਦੇ ਆ। ਸਹੀ ਗੱਲ ਹੈ, ਆਪਾਂ ਮਿਲੇ ਹੋਏ ਬਾਈ, ਉਹਨਾਂ ਨੂੰ ਇੰਟਰਵਿਊ ਕੀਤੀ ਸੀ, ਬਹੁਤ ਖੁੱਲ੍ਹੇ ਨੇ ਬੰਦੇ, ਬਹੁਤ ਬੰਦੇ। ਅੱਜ ਵੀ ਮਿਲ ਲੈਂਦਾ ਮੈਂ ਉਹਨਾਂ ਏਰੀਆ 'ਚ ਟੂਰਨਾਮੈਂਟ ਖੇਡਣ ਜਾਂਦਾ ਬਾਈ, ਹਾਂਜੀ ਕੋਈ ਨਹੀਂ ਬਾਈ, ਆਰਾਮ ਨਾਲ ਮਿਲਦਾ, ਕੋਈ ਇਹੋ ਜਿਹੀ ਗੱਲ ਨਹੀਂ ਕਿ ਐਡਾ ਕੋਈ ਸਟਾਰ ਬੰਦਾ, ਕੋਈ ਚੱਕਰ ਹੀ ਨਹੀਂ ਬੰਦੇ ਨੂੰ ਯਾਰ। ਹਾਂਜੀ ਹਾਂਜੀ ਬਿਲਕੁਲ, ਬੜਾ ਸਿੰਪਲ ਸਾਦਾ ਬੰਦਾ। ਦੇਖੋ ਜਿਹੜੀਆਂ ਖੇਡਾਂ ਨੇ, ਬੰਦਾ ਕੋਈ ਵੀ ਖੇਡ ਕਰਦਾ ਬਾਈ ਜੀ, ਸਾਨੂੰ ਅਸਲ ਇਨਸਾਨੀਅਤ, ਪਿਆਰ, ਸਤਿਕਾਰ ਸਭ ਤੋਂ ਵੱਡੀ ਚੀਜ਼ ਤਾਂ ਇਹ ਸਿੱਖਣ ਨੂੰ ਮਿਲਦੀ, ਇਹ ਸਿੱਖਣ ਨੂੰ ਮਿਲਦੀ ਹੈ। ਬਾਕੀ ਤਾਂ ਦੇਖੋ ਕੋਈ ਤਗੜਾ ਖੇਡ ਜਾਂਦਾ, ਕੋਈ ਮਾੜਾ ਖੇਡ ਜਾਂਦਾ, ਉਹ ਚੱਲਦਾ ਰਹਿੰਦਾ ਉਹ ਦੌਰ ਹੁੰਦਾ ਹਰ ਇੱਕ ਪਲੇਅਰ ਦਾ ਬਾਈ। ਹਾਂਜੀ ਹਾਂਜੀ, ਕੋਈ ਹੁਣ ਆਪਣੇ ਦੇਖ ਲਿਆ ਬਾਈ, ਗੱਬਰ ਬਾਈ ਜਿੰਨਾ ਸਾਡੇ ਏਰੀਏ 'ਚ ਕਿਹਾ, ਸਾਡੇ ਪੂਰੇ 2-3 ਜ਼ਿਲ੍ਹਿਆਂ 'ਚ ਨਹੀਂ ਕੋਈ ਖੇਡ ਸਕਦਾ, ਖੇਡਦਾ ਨਹੀਂ ਸਕਦਾ ਜਿੰਨਾ ਤਕੜਾ ਉਹ ਖੇਡਿਆ ਬੰਦਾ। ਹਾਂਜੀ ਹਾਂਜੀ, ਸਾਨੂੰ ਇੱਕ ਅਫਸੋਸ ਵੀ ਹੈ, ਮੈਂ ਗੱਬਰ ਬਾਈ ਖੇਡਦਾ ਨਹੀਂ ਦੇਖਿਆ ਯਾਰ, ਆਹ ਬੜਾ ਅਫਸੋਸ ਹੈ ਮੈਨੂੰ, ਜਾਂ ਸਾਡੀ ਕੀ ਬਾਅਦ 'ਚ ਆਏ ਹੋ? ਮੈਂ ਬਾਅਦ 'ਚ ਆਇਆ ਜੀ ਜੀ। ਬੰਦਾ ਬਹੁਤ ਵਧੀਆ ਗੱਬਰ ਬਾਈ, ਹਾਂਜੀ ਹਾਂਜੀ, ਕਿ ਜਿੰਨੀ ਤਗੜੀ ਕੌਡੀ ਉਹਨੇ ਖੇਡੀ ਹੈ, 3-4-5 ਸਾਲ ਵੀ ਹੋਰ ਖੇਡ ਜਾਂਦਾ, ਬਹੁਤ ਨਾ ਬਣਾ ਜਾਂਦਾ ਸੀ ਬੰਦੇ ਨੂੰ। ਹਾਂਜੀ ਹਾਂਜੀ ਬਾਈ, ਜਿਵੇਂ ਤੁਸੀਂ ਮਾਸਟਰ ਭੁਪਿੰਦਰ ਜੀ ਦੀ ਅਕੈਡਮੀ ਦੇ ਵਾਸਤੇ ਵੀ ਖੇਡੇ ਹੋ, ਹਾਂਜੀ ਹਾਂਜੀ, ਖੇਡਦੇ ਵੀ ਹੋ, ਹਾਂਜੀ, NRI ਨਕੋਦਰ, ਹਾਂਜੀ, DVG ਜਲੰਧਰ, ਹਾਂਜੀ, ਅਤੇ ਬਾਹਰ ਫਿਰ ਕਿੱਥੇ ਕਿੱਥੇ ਖੇਡੇ ਤੁਸੀਂ? ਮੈਂ ਬਾਈ ਯੂਰਪ ਖੇਡਿਆ 2016 'ਚ ਜੀ, ਉਹ ਤੋਂ ਬਾਅਦ 2017-18 'ਚ ਮੇਰੀ ਕੈਨੇਡਾ ਦੀ ਗੱਲ
ਪਹਿਲਾਂ ਵੀ ਮੇਰੇ ਗੋਡੇ ਸੱਟ ਲੱਗ ਗਈ ਸੀ, ਉਸ ਕਰਕੇ ਮੈਂ ਗਿਆ ਨਹੀਂ। ਹਾਂਜੀ। ਫਿਰ ਇੱਕ ਨਾ ਪੇਪਰ ਪਏ, ਉੱਥੇ ਮੈਚ ਨਹੀਂ ਹੋਏ, ਜਾਂ ਡੋਪ ਟੈਸਟਾਂ ਰੌਲਾ ਹੋਇਆ ਸੀ। ਹਾਂਜੀ। ਫਿਰ ਹੁਣ ਦੋਵੇਂ ਸਾਈਡ ਦੀ ਗੱਲ ਹੋਈ ਸੀ ਲੋਕਡਾਊਨ ਕਰਕੇ। ਹਾਂਜੀ ਬਿਲਕੁਲ ਜੀ, ਇਹਦੇ 'ਚ ਬਹੁਤ ਨੁਕਸਾਨ ਹੋਇਆ ਜੀ। ਬਹੁਤ ਨੁਕਸਾਨ ਹੋਇਆ ਭਾਈ ਪਲੇਅਰਾਂ ਦਾ ਸਭ। ਹੁਣ ਚੱਕਰ ਭਾਈ ਧਰਮ ਆ, ਇੱਕ ਬਿਜ਼ਨਸਮੈਨ ਦਾ ਵੀ ਘਾਟਾ ਪੂਰਾ ਹੋ ਜਾਊਗਾ, ਕੋਈ ਦੁਕਾਨਦਾਰ ਹੈ ਉਹਦਾ ਵੀ ਘਾਟਾ ਪੂਰਾ ਹੋ ਜਾਊਗਾ, ਕੋਈ ਜੋਬ ਕਰਦਾ ਉਹਦਾ ਵੀ ਘਾਟਾ ਪੂਰਾ ਹੋ ਜਾਊਗਾ। ਪਲੇਅਰ ਦੀ ਤਾਂ ਉਮਰ ਹੈ ਯਾਰ ਬਾਈ, ਜੇ ਉਮਰ ਦੇ ਹਿਸਾਬ ਨਾਲ ਪੈਸਾ ਮਿਲਣਾ ਉਹ ਤਾਂ ਉਮਰ ਦੇ ਹਿਸਾਬ ਬੰਦਿਆਂ ਦੇ ਚਾਂਸ ਗਏ, ਚਾਂਸ ਗਏ। ਦੂਸਰਾ ਛੋਟੇ ਬੱਚੇ ਨੇ ਜਿਵੇਂ ਸਕੂਲ ਵਾਲੇ, ਉਹ ਲੱਥ ਹੋ ਗਏ, ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਬਾਈ। ਉਹੀ ਤਾਂ ਕਹਿੰਦਾ ਕਿ ਜਿਹੜੇ ਉਮਰ ਦੇ ਹਿਸਾਬ ਨਾਲ ਸਾਨੂੰ ਗਿਆਨ ਮਿਲਣਾ, ਉਮਰ ਦੇ ਹਿਸਾਬ ਨਾਲ ਪੈਸਾ ਮਿਲਣਾ, ਉਹ ਤਾਂ ਬਿਲਕੁਲ ਉਹ ਤਾਂ ਲੰਘ ਗਿਆ। ਕਈਆਂ ਦਾ ਲਾਸਟ ਚਾਂਸ ਸੀਗਾ, ਲਾਸਟ ਚਾਂਸ ਸੀ ਬਾਈ। ਕਈਆਂ ਦਾ ਇਸ ਵਾਰ ਸੀਗਾ, ਗਾਹਾਂ ਨੂੰ ਪਤਾ ਨਹੀਂ ਕਿਹੜੇ ਰਾਜ ਦੀ ਪਰਜਾ ਹੋਣੀ, ਅਗਲੇ ਦਾ ਪੇਪਰ ਪੈਂਦੇ ਨੇ ਕਿ ਨਹੀਂ ਪੈਂਦੇ, ਕੁਛ ਨਹੀਂ ਪਤਾ। ਬਿਲਕੁਲ ਬਾਈ। ਅੱਛਾ ਬਾਈ, ਆਪਾਂ ਰੇਡਰ ਦੀ ਤਾਂ ਗੱਲ ਕਰ ਲਈ ਸੀ ਘੋੜੀ ਦੀ, ਤੇ ਜਾਫੀਆਂ ਚੋਂ ਕਿਹੜਾ ਮਨਪਸੰਦ ਤੁਹਾਡੇ? ਜਾਫੀ ਮੈਂ ਇੱਥੇ ਸੋਹਣੇ ਪਿੱਥੋਂ ਵਾਲਾ ਸਿਰਾ ਹੀ ਦੇਖਿਆ ਸੀ, ਉਹ ਬੈਸਟ ਨਿਕਲਿਆ ਸੀ ਪਹਿਲੇ ਹਣਾ। ਹਾਂਜੀ ਹਾਂਜੀ। ਤੇ ਫਿਰ ਬਾਈ ਤੁਹਾਡੀ ਜ਼ਿੰਦਗੀ ਦੇ ਯਾਦਗਾਰੀ ਮੈਚ, ਯਾਦਗਾਰੀ ਪਲ? ਯਾਰ ਸਭ ਤੋਂ ਜਦੋਂ ਮੈਂ ਮਿਹਨਤ ਲਾ ਕੇ ਯਾਰ ਮੌਲੀ ਤੋਂ ਨਿਕਲਿਆ ਬਾਈ, ਤਾਂ ਮਾਸਟਰ ਜੀ ਉਹਨਾਂ ਨੇ ਕਿਹਾ ਸੀ ਕਿ ਚਲੋ ਐਤਕੀ 4-5 ਮਹੀਨੇ ਇਕੱਠੀ ਮਿਹਨਤ ਲਾਈ ਸੀ ਬਾਈ ਉੱਥੇ, ਮੇਰੇ ਗੋਡੇ ਦਾ ਆਪਰੇਸ਼ਨ ਹੋਇਆ ਸੀ, ਉਹ ਤੋਂ ਬਾਅਦ ਮੈਂ ਮੁੜ ਚਲੇ ਗਿਆ ਸੀ। ਹਾਂਜੀ। ਉਹ ਤੋਂ ਬਾਅਦ 4-5 ਮਹੀਨੇ ਬਾਅਦ ਮਿਹਨਤ ਲਾ ਕੇ ਮੈਂ ਨਿਕਲਿਆ, ਲਾਡੀ ਸਿੰਪਲੀ ਨਾਲ ਖੇਡਿਆ ਮੈਂ ਮੈਚ ਬਹੁਤ, ਸਭ ਤੋਂ ਪਹਿਲਾਂ ਪਿੰਡ ਵਾਰ ਦੇ ਮੈਚ ਉਹਨੇ ਖੇਡਣ ਲਾਇਆ ਬੰਦੇ ਨੇ ਸਾਨੂੰ। ਹਾਂਜੀ। ਯਾਰ ਮੈਨੂੰ ਤਾਂ ਬਾਈ ਧਰਮੇ ਕਬੱਡੀ ਦਾ ਪਤਾ ਨਹੀਂ ਸੀ, ਐਂ ਨਹੀਂ ਪਤਾ ਹੋਇਆ ਕਰਦਾ ਸੀ ਆ ਪਿੰਡ ਵਾਰ ਕਿਹਨੂੰ ਕਹਿੰਦੇ, ਦੋ ਬਾਹਰਲੇ ਕਿੱਕਣ ਹੁੰਦੇ ਤਿੰਨ, ਆ ਸਾਨੂੰ ਹਾਲ ਕੀ ਹੁੰਦੀ ਆ ਕੁਛ ਨਹੀਂ ਪਤਾ ਸੀ, ਕੁਛ ਨਹੀਂ ਪਤਾ ਸੀ। ਮੈਂ ਮਿਹਨਤ ਕਰਕੇ ਮੌਲੀ ਉੱਥੇ ਲਾਡੀ ਮੈਨੂੰ ਮੈਚ 'ਤੇ ਲੈ ਗਿਆ, ਉਸ ਤੋਂ ਬਾਅਦ ਮੈਂ ਆਪਣੀ ਜ਼ੀਰਕਪੁਰ ਵਾਲੀ ਟੀਮ ਤੋਂ ਵੀ ਖੇਡਿਆ ਬਹੁਤ ਮੈਚ, ਮੇਰੇ ਨਾਲ ਅਵਤਾਰ ਮੁੰਡਾ ਹੋਏ ਕਰਦਾ ਸੀ ਸਾਡੇ ਜ਼ੀਰਕਪੁਰ ਦਾ ਹੀ ਹੋਏ ਕਰਦਾ ਸੀ ਉਹ। ਹਾਂਜੀ। ਤਾਂ ਸਭ ਤੋਂ ਪਹਿਲਾਂ ਯਾਰ ਇੱਕ ਹਰਿਆਣੇ ਟੂਰਨਾਮੈਂਟ ਚੱਲਦਾ ਸੀ, ਖੁੱਡਾ ਅਲੀ ਸ਼ੇਰ ਟੀਮ ਨਾਲ ਸਾਡਾ ਫਾਈਨਲ ਮੈਚ ਸੀ, ਨਾ ਸਾਨੂੰ ਇਹ ਪਤਾ ਸੀ ਫਾਈਨਲ ਮੈਚ ਬੈਸਟ ਨੂੰ ਕਿਵੇਂ ਜ਼ੋਰ ਮਾਰਨਾ, ਕੁਛ ਨਹੀਂ ਪਤਾ ਸੀ ਸਾਨੂੰ ਯਾਰ। ਹਾਂਜੀ। ਮੈਂ ਸਭ ਤੋਂ ਪਹਿਲਾਂ ਮੈਚ ਦੱਸਾਂ ਤੁਹਾਨੂੰ, ਮੈਂ ਪੰਜੋਰ ਲਵੇ ਮੈਚ ਸੀ, 15 ਕੌਡੀਆਂ ਮੈਂ ਇਕੱਲਾ ਹੀ ਪਾ ਗਿਆ ਸੀ ਉਹਨਾਂ 'ਤੇ। ਭਾਜੀ ਵਾਹ। ਕੋਈ ਪਤਾ ਨਹੀਂ ਸੀਗਾ ਕਿ ਬੈਸਟ ਨੂੰ ਜ਼ੋਰ ਕਿੱਦਾਂ ਮਾਰਦੇ ਹੈ, ਲਾਡੀ ਦੱਸੀ ਹੈ ਕਿ ਕੌਡੀ ਪਾ, ਇੱਕ ਜੱਫਾ ਲੱਗਿਆ ਮੈਚ ਜਿੱਤ ਗਏ ਅਸੀਂ ਜੀ, ਬੈਸਟ ਵੀ ਮੈਚ ਨਿਕਲਿਆ ਉੱਥੇ। ਭਾਜੀ ਵਾਹ। ਕੀ ਸੀ ਬੈਸਟ ਨੂੰ ਜੀ? ਬੈਸਟ ਨੂੰ ਜਾਂ ਤਾਂ ਉੱਥੇ ਵੀ 11,000 ਸੀ ਜੀ। ਹਾਂ। ਅਤੇ ਮੋਟਰਸਾਈਕਲ ਕਦੋਂ ਜਿੱਤਿਆ ਸੀ ਪਹਿਲਾਂ? ਪਹਿਲਾਂ ਮੋਟਰਸਾਈਕਲ ਵੀ ਲਾਡੀ ਨਾਲ ਜਿੱਤਿਆ ਜੀ। ਕਿੱਥੇ ਜੀ? ਆਨੰਦਪੁਰ ਕਲੋੜ, ਸਭ ਤੋਂ ਵਧੀਆ ਮੇਲਾ ਹੁੰਦਾ ਸਾਡੇ ਏਰੀਏ ਦਾ, ਕਿ ਜਦੋਂ ਮੇਲਿਆਂ ਦੀ ਸ਼ੁਰੂਆਤ ਹੁੰਦੀ ਹੈ, ਅਗਸਤ ਸਤੰਬਰ ਸ਼ੁਰੂ ਹੁੰਦੇ ਆ ਸਾਡੇ ਏਰੀਏ 'ਚ ਮੇਲੇ, ਸਤੰਬਰ 'ਚ ਮੇਲਾ ਸਾਡੇ ਆਨੰਦਪੁਰ ਕਲੋੜ, ਬਹੁਤ ਤਕੜਾ ਮੇਲਾ ਭਰਦਾ ਬਾਈ ਉਹ ਜੀ। ਇੱਕ ਤਾਂ ਕਬੱਡੀ ਟੂਰਨਾਮੈਂਟ ਹੁੰਦਾ, ਉੱਥੇ ਇੱਕ ਸਮਾਧ 'ਤੇ ਮੇਲਾ ਭਰਦਾ ਬਾਈ ਉਹ ਜੀ ਜੀ। ਉੱਥੇ ਜਿੱਤਿਆ ਜੀ ਸਭ ਤੋਂ ਪਹਿਲਾਂ ਮੋਟਰਸਾਈਕਲ। ਹੋਰ ਕਿੰਨੇ ਮੋਟਰਸਾਈਕਲ 'ਤੇ ਕੀ ਕੁਛ ਜਿੱਤਿਆ ਤੁਸੀਂ? ਮੈਂ ਬਈ 16 ਮੋਟਰਸਾਈਕਲ ਜਿੱਤੇ ਹੋਏ ਟੋਟਲ। ਬਾਜੀ ਵਾਹ। ਹਾਂ ਜੀ, 2 ਬੁਲਟ ਹੈ ਜੀ, 1 ਬੁਲਟ ਮੈਂ 80 ਗਲਾਂ ਜਿੱਤਿਆ ਸੀ, 1 ਕਾਲ ਓਪਨ ਦੇ ਮੈਚਾਂ ਸੀ ਮਨੀ ਧੋਰੀ ਉਹਨਾਂ ਨਾਲ ਸੀ ਮੈਂ ਜੀ ਜੀ, ਇਕੱਠੇ ਸੀ ਬਾਈ ਆਪਾਂ। ਦੇਖੋ ਬਾਈ, ਜਿਹੜੀ ਤੁਹਾਡੀ ਪਹਿਚਾਣ ਕਦ ਕਰਕੇ ਤਾਂ ਪਹਿਲੀ ਪਤਾ ਲੱਗ ਜਾਂਦਾ ਵੀ ਗੁਰਦੀਪ ਜ਼ੀਰਕਪੁਰੀਆ ਆ ਗਿਆ। ਹਾਂਜੀ ਹਾਂਜੀ। ਪਰ ਤੁਹਾਨੂੰ ਪਹਿਚਾਣ ਕਿਹੜੇ ਮੈਚ ਨੇ ਦਿੱਤੀ ਸੀ? ਲੋਕਾਂ ਦੇ ਵਿੱਚ ਕਿੱਥੋਂ ਆਏ ਸੀ ਤੁਸੀਂ, ਕਿਹੜਾ ਮੈਚ ਸੀਗਾ ਤੁਹਾਡਾ? ਸਭ ਤੋਂ ਪਹਿਲਾਂ ਬਾਈ ਮੈਂ ਜਦੋਂ ਤੁਹਾਨੂੰ ਦੱਸਿਆ ਮੈਂ ਪਿੰਡ ਵਾਰ ਦਾ ਲਾਡੀ ਨੇ ਖੜਾਇਆ ਮੈਚ। ਹਾਂਜੀ। ਮੈਂ ਉਸ ਤੋਂ ਬਾਅਦ ਮੌਲੀ ਅਕੈਡਮੀ ਤਾਂ ਖੇਡਦੇ ਹੀ ਸੀ, ਤਾਂ ਸਾਨੂੰ ਮਾਧਪੁਰ ਸਾਨੂੰ ਅਕੈਡਮੀ ਦੇ ਮੈਚ ਸੀ ਅਸਮ ਰਾਲੇ ਲਵੇ ਜੀ, ਸਾਡਾ ਪਹਿਲਾ ਹੀ ਮੈਚ ਠੋਰ ਨਾਲ ਸੀ, ਸਾਡੇ ਮੌਲੇ ਸੱਟ ਲੱਗੀ ਹੋਈ ਸੀ, ਮੈਂ ਇੱਥੇ ਹੈਪੀ ਕਬੱਡੀ ਪਾ ਕੇ ਮੈਚ ਜਿੱਤ ਗਏ, ਅਤੇ ਸੈਮੀ ਮੈਚ ਵੀ ਸਾਡਾ ਰਾੜਾ ਸਾਹਿਬ ਨਾਲ ਆ ਗਿਆ। ਰਾੜਾ ਸਾਹਿਬ ਨਾਲ ਸਾਡੇ ਬਹੁਤ ਅੜਕੇ ਮੈਚ ਲੱਗੇ ਕਰਦਾ ਸੀ ਯਾਰ, ਮੈਂ ਤਾਂ ਲਾ ਲਓ ਨਵਾਂ ਬੰਦਾ ਸੀ ਉਹਨਾਂ 'ਚ, ਮੈਂ ਉਹਦੇ 'ਚ ਵੀ ਕਬੱਡੀਆਂ ਪਾ ਤੀਆਂ, ਉਹ ਤੋਂ ਉੱਥੋਂ ਪਤਾ ਲੱਗਿਆ ਲੋਕਾਂ ਨੂੰ ਮੇਰਾ ਜੀ, ਤੂੰ ਹਿਸਾਬ ਲਾ ਲੈ ਬਾਈ ਉੱਥੇ ਸੈਮੀ ਅਤੇ ਫਾਈਨਲ ਦੇ ਮੋਟਰਸਾਈਕਲ ਲੈਣੇ ਸੀ ਇਕੱਠੇ, ਕਿ ਜਿਹੜਾ ਸੈਮੀ ਅਤੇ ਫਾਈਨਲ 'ਚ ਕੌਡੀਆਂ ਪਾਊਗਾ ਬੰਦਾ, ਹਾਂਜੀ, ਉਹਨੂੰ ਮੋਟਰਸਾਈਕਲ ਲੈਣਾ ਸੀ ਉੱਥੇ ਜੀ, ਪਹਿਲੇ ਹਨਾ ਸੁਣਿਆ ਸੀ ਇਹ ਕੰਮ ਅਸੀਂ। ਹਾਂਜੀ ਹਾਂਜੀ ਹਾਂਜੀ। ਫਿਰ ਤੂੰ ਬਾਈ ਆਹ ਮੇਰੇ ਗੁੱਟ ਦਾ ਆਪਰੇਸ਼ਨ ਉੱਥੇ ਹੀ ਹੋਇਆ ਸੀ ਜੀ, ਲਾਸਟ ਕੌਡੀ ਹੈਪੀ ਖੜਿਆ ਅਤੇ ਨਾਲੇ ਮੈਂ ਕਾਕਾ ਪੱਤੜ ਸੀ ਸਾਡੇ ਨਾਲ, ਮੌਲੇ ਦਾ ਸੱਟ ਲੱਗੀ ਹੋਈ ਸੀ, ਕਾਮਨਾ ਸੁਹਾਣੇ ਵਾਲਾ ਖੇਡਦਾ ਸੀ, ਤੋਤਾ ਵੀ ਵਰੀਆ ਸੀ, ਕਹਿੰਦੇ ਤੂੰ ਹੀ ਪਾਇਆ ਲਾਸਟ ਕੌਡੀ, ਕੋਈ ਨਾ ਮੈਂ ਤਾਂ ਜਿੱਤੇ ਹੋਈ ਹਾਂ, ਮੀਂਹ ਪੈ ਕੇ ਹਟਿਆ ਹੋਇਆ ਸੀ ਬਾਈ, 7 ਫਰਵਰੀ ਦੀ ਗੱਲ ਹੈ ਜੀ, 7 ਫਰਵਰੀ ਦੀ ਗੱਲ ਹੈ, ਮੈਂ ਤਿਲਕਿਆ ਥੋੜ੍ਹਾ ਤਿਲਕੇ ਮੇਰਾ ਬੈਲੈਂਸ ਵਿਗੜ ਗਿਆ ਅਤੇ ਆਪਣਾ ਹਿੰਦਾ ਫੱਕਰ ਡੰਡੇ ਵਾਲਾ ਹੋਇਆ ਕਰਦਾ ਸੀ ਜਾਫੀ, ਹਾਂਜੀ ਹਾਂਜੀ, ਹੁਣ ਤਾਂ ਮਤਲਬ ਛੱਡ ਗਿਆ ਬਾਈ ਉਹ, ਹਾਂਜੀ, ਉਹ ਆਪਦੀ ਕੁਣੀ ਇੱਥੇ ਦਬਾਓ ਆ ਗਿਆ ਬਾਈ, ਮੈਂ ਹੇਠਾਂ ਗਿਰਿਆ, ਉਹ ਵੀ ਭਾਰੀ ਸੀ, ਮੈਂ ਵੀ ਭਾਰੀ, ਹਾਂਜੀ ਹਾਂਜੀ, ਆਹ 3 ਹੱਡੀਆਂ ਟੁੱਟ ਗਈ ਸੀ ਜੀ, ਉਸ ਸਾਲ ਮੇਰੀ ਇੰਗਲੈਂਡ ਦੀ ਗੱਲ ਹੋਈ ਹੋਈ ਸੀ, ਫਿਰ ਵੀ ਪੋਪਾ ਮੌਲੀ ਵਾਲਾ ਅਤੇ ਮੌਲੀ ਨੇ ਮੇਰਾ ਆਪਰੇਸ਼ਨ ਨਹੀਂ ਹੋਣ ਦਿੱਤਾ, ਕਹਿੰਦਾ ਨਾ ਪਲਸਤਰ ਲਾ ਕੇ ਸੈੱਟ ਹੋ ਜਾਣੀ ਹੈ, ਕਿ ਤੇਰੀ ਇੰਗਲੈਂਡ ਦੀ ਗੱਲ ਹੋਈ ਹੈ, ਪਹਿਲਾ ਚਾਂਸ ਹੈ ਤੇਰਾ, ਕਿ ਜਾ ਤੂੰ ਬਾਹਰ ਕੀ ਪਲਸਤਰ ਲਾ ਕੇ, ਉਹ ਮਹੀਨੇ ਬਾਅਦ ਪਲਸਤਰ ਕਢਾਇਆ ਬਾਈ, ਗੁੱਟ ਲੋਟੇ ਨਾ ਉਵੇਂ ਪਿਆ, ਫਿਰ ਆਪਰੇਸ਼ਨ ਕਰਾਇਆ, ਉੱਧਰ ਘਰਦਿਆਂ ਟੈਨਸ਼ਨ ਹੋ ਗਈ, ਮੇਰੇ ਫਾਈਨਲ
चलो मन सीधा सी मेरा भाई नींद सीधी सी महाराज की इन्नी कृपा हुई टुटे हुए हथ मैं पेपर दे के आया मैं पास भी हो गया भाई ਇਹਦਾ ਫਿਰ ਇੱਦਾਂ ਚੱਲਦਾ ਜਿਵੇਂ ਕਹਿੰਦੇ ਨੇ ਸਿੱਧੀਆਂ ਨੀਤਾਂ ਨੂੰ ਫਲ ਨਹੀਂ ਕਿਸੇ ਵੀ ਗੇਮ ਦੇ ਵਿੱਚ ਪੜ੍ਹਾਈ ਦੇ ਵਿੱਚ ਜੋ ਵੀ ਅਸੀਂ ਕੰਮ ਕਰਦੇ ਹਾਂ ਮੈਂ ਸੋਚਦਾ ਕਿ ਚਲੋ ਮੇਰਾ ਇੰਗਲੈਂਡ ਦਾ ਉਸ ਟਾਈਮ ਕੈਂਸਲ ਹੋਇਆ ਹਾਂਜੀ ਮੈਂ ਇੱਧਰੋਂ ਯੂਨੀਵਰਸਿਟੀੋਂ ਪਾਸ ਆਊਟ ਹੋ ਗਿਆ ਜੀ ਘਰ ਦੇ ਵੀ ਚੁੱਪ ਹੋ ਗਏ ਕੀ ਹਾਲ ਪਾਸ ਆਊਟ ਹੋ ਗਿਆ ਕੀ ਪੜ੍ਹਦਾ ਕਿ ਸਾਡੀ ਯਾਰ ਫੈਮਿਲੀ ਬਾਈ ਸਾਰੀ ਪੜ੍ਹੀ ਲਿਖੀ ਹੁੰਦੀ ਹੈ ਘਰਦਿਆਂ ਦੀ ਖਿੱਚੇ ਸੀ ਵੀ ਇਹ ਪੜ੍ਹੇ ਜਾਦੇ ਸਾਡੇ ਵਾਂਗੂ ਕਿਸੇ ਅਫਸਰੀ ਲੈਣ ਦੇ ਵਿੱਚ ਪੜ੍ਹ ਹਾਂਜੀ ਹਾਂ ਆ ਸੀ ਹਾਂਜੀ ਹਾਂਜੀ ਕਿਉਂ ਐਂ ਤਾਂ ਬਾਈ ਚਲੋ ਇੱਕ ਤਾਂ ਬੰਦਾ ਘਰਦਿਆਂ ਸਪੋਰਟ ਕਰਕੇ ਖੇਡਦਾ ਸਪੋਰਟ ਤਾਂ ਮੈਨੂੰ ਘਰਦਿਆਂ ਨੇ ਫੁੱਲ ਕਰੀ ਹੈ ਐਂ ਤਾਂ ਨਹੀਂ ਮੈਂ ਜਵਾਬ ਦਿੰਦਾ ਹੈਗਾ ਯਾਰ ਹਾਂਜੀ ਹਾਂਜੀ ਪਰ ਜਿਹੜੀ ਉਹ ਲੈਣ ਲੱਗ ਸੀ ਨਾ ਬਾਈ ਹਾਂਜੀ ਉਹਨਾਂ ਦਾ ਰਾਹ ਹੋਰ ਸੀ ਮੇਰਾ ਮੈਂ ਰਾਹ ਹੋਰ ਫੜ ਲਿਆ ਯਾਰ ਹਾਂਜੀ ਆਹ ਚੱਕਰ ਪੈ ਗਿਆ ਬਿਲਕੁਲ ਬਾਈ ਜੀ ਬਿਲਕੁਲ ਅੱਛਾ ਬਾਈ ਜੀ ਕਈ ਵਾਰੀ ਨਾ ਲਾਸਟ ਕਬੱਡੀ ਦੇ ਮੈਚ ਹੁੰਦਾ ਹੈ ਨਾ ਦਿਮਾਗ ਦੇ ਵਿੱਚ ਪ੍ਰੈਸ਼ਰ ਵੀ ਬਹੁਤ ਹੁੰਦਾ ਹੈ ਤੇ ਗਾਹਾਂ ਜਾਪ ਲੈਣ ਵੀ ਪੂਰੀ ਕੰਧ ਹੁੰਦੀ ਹੈ ਤੇ ਐਦਾਂ ਦਾ ਕੋਈ ਮੈਚ ਮੈਚ ਬਾਈ ਐਦਾਂ ਦਾ ਬਹੁਤ ਹੋਏ ਆ ਅਕੈਡਮੀ ਦੇ ਮੈਚ ਵੀ ਬਾਕਰਪੁਰ ਦੀ ਗੱਲ ਦੱਸਦਾ ਤੁਹਾਨੂੰ ਮੈਂ ਬਾਕਰਪੁਰ ਐਨ ਆਰ ਆਈ ਨਕੋਦਰ ਖੇਡਦਾ ਸੀ ਬਾਈ ਮੈਂ ਹਾਂਜੀ ਮੰਗੀ ਉਹਨਾਂ ਨਾਲ ਬਾਈ ਹਾਂਜੀ ਲਾਸਟ ਦੋ ਰੇਡਰ ਰਹਿ ਗਏ ਮੈਂ ਅਤੇ ਗੱਬਰ ਸਿੰਘ ਮੇਰੇ ਨਾਲ ਧਨੌਰੀ ਵਾਲਾ ਹਾਂਜੀ ਭੋਲਾ ਸੀ ਅਤੇ ਮੈਂ ਲਾਸਟ ਕੌਡੀਆਂ ਉੱਧਰੋਂ ਰਾਜੂ ਬਣਦਾ ਸੀ ਕੋਟਲਾ ਪੜੀ ਵਾਲਾ ਇੱਧਰੋਂ ਮੈਂ ਜੀ ਜਾਪ ਲੈਣ ਚਾਰ ਚੋਲਾ ਸਾਹਿਬ ਨੂੰ ਇਹ ਤੇ ਲਾਸਟ ਕੌਡੀ ਦੇ ਮੈਚ ਵੀ ਇੱਕ ਤਾਂ ਪ੍ਰੈਸ਼ਰ ਆਉਂਦਾ ਇੱਕ ਆਪਣੀ ਜਾਪ ਲੈਣ ਦਾ ਜ਼ਿਆਦਾ ਪ੍ਰੈਸ਼ਰ ਆਉਂਦਾ ਕਿ ਆਹ ਨਾ ਗਾਲਾਂ ਕੱਢਣ ਜੇ ਪਕਾਇਆ ਉੱਧਰੋਂ ਉੱਧਰੋਂ ਪਤਾ ਹੀ ਕਿ ਫੜ ਲੂੰਗੇ ਕੋਈ ਚੱਕਰ ਨਹੀਂ ਫੜ ਲੂੰ ਖੜੇ ਯਾਰ ਉਹ ਵੀ ਹਾਂਜੀ ਹਾਂਜੀ ਆਪਣੀ ਗਲਤੀ ਹੁੰਦੀ ਫੜ ਵੀ ਹੋ ਜਾਂਦਾ ਬੰਦਾ ਹਾਂਜੀ ਪਰ ਜ਼ਿਆਦਾ ਆਪਣੀ ਵੀ ਟੈਨਸ਼ਨ ਰਹਿੰਦੀ ਹੈਗੀ ਆ ਜ਼ਿਆਦਾ ਗਾਲਾਂ ਕੱਢੂੰਗੇ ਯਾਰ ਉਹਨਾਂ ਨਾਲੋਂ ਹਾਂਜੀ ਸਹੀ ਗੱਲ ਹੈ ਫਿਰ ਜਿੱਤ ਗਏ ਸੀ ਬਾਈ ਮੈਚ ਇੱਥੇ ਆਪਾਂ ਜੀ ਜੀ ਹਾਂ ਇੱਕ ਉਦੋਂ ਜ਼ਿਆਦਾ ਏਰੀਏ 'ਚ ਮੇਰੇ ਇਹ ਏਰੀਏ 'ਚ ਅਕੈਡਮੀ ਦਾ ਮੈਚ ਖੇਡ ਕੇ ਉਹ ਬਹੁਤ ਪਛਾਣ ਬਣੀ ਲੋਕਾਂ ਨੂੰ ਹੋਇਆ ਕਿ ਆ ਸਾਡੇ ਏਰੀਏ ਦੇ ਪਲੇਅਰ ਵੱਡੀ ਟੀਮਾਂ 'ਚ ਖੇਡਣ ਲੱਗ ਪਿਆ ਹਾਂਜੀ ਨਹੀਂ ਪਿੰਡ ਵਾਰ ਤਾਂ ਖੇਡੀ ਤੁਰੀ ਫਿਰ ਜੇ ਕਰਦੇ ਤੇ ਬਾਈ ਹਾਂਜੀ ਤੁਹਾਨੂੰ ਪਤਾ ਹੀ ਹੈ ਪਿੰਡ ਵਾਰ ਦਾ ਤਾਂ ਬਾਈ ਆਪਣੇ ਏਰੀਏ 'ਚ ਘੱਟ ਤੁਹਾਡੇ ਮਾਲਵੇ ਏਰੀਏ 'ਚ ਬਠਿੰਡੇ ਉੱਧਰ ਜ਼ਿਆਦਾ ਬੁੱਕਤ ਪੈਂਦੀ ਹੈ ਬੰਦੇ ਦੀ ਸਾਡੇ ਏਰੀਏ ਤਾਂ ਉਹ ਕੱਪ ਖੇਡ ਕੇ ਮੈਨੂੰ ਲੋਕਾਂ ਨੇ ਦੇਖਿਆ ਗਿਆ ਵਧੀਆ ਟੀਮਾਂ 'ਚ ਵੀ ਖੇਡਦਾ ਬੰਦਾ ਪਹਿਲਾਂ ਤਾਂ ਬਾਈ ਤੁਹਾਨੂੰ ਪਤਾ ਹੀ ਹੈ ਘਰੋਂ ਕਿੱਟ ਚੱਕ ਕੇ ਤੁਰਦੇ ਆ ਤਾਂ ਲੋਕਾਂ ਦੇ ਮੂੰਹ ਨਹੀਂ ਫੜ ਹੁੰਦੇ ਨਾ ਨਾ ਬਿਲਕੁਲ ਬਾਈ ਬਿਲਕੁਲ ਦੁਨੀਆ ਨਹੀਂ ਜਿੱਤੀ ਜਾਂਦੀ ਦੁਨੀਆ ਜਿੱਤੀ ਜਾਂਦੀ ਹੈ ਇਹਨਾਂ ਨੇ ਤਾਂ ਜਿਵੇਂ ਕਹਿੰਦੇ ਨੇ ਗੱਲਾਂ ਕਰਨੀਆਂ ਕਰਨੀਆਂ ਨੇ ਕਰਨੀਆਂ ਅੱਛਾ ਬਾਈ ਆਪਣੇ ਗੱਲ ਕਰੀਏ ਆਪਾਂ ਮਾਸਟਰ ਭੁਪਿੰਦਰ ਸਿੰਘ ਜੀ ਹਾਂਜੀ ਉਹ ਪ੍ਰੈਕਟਿਸ ਕਿਸ ਤਰ੍ਹਾਂ ਦੀ ਕਰਾਉਂਦੇ ਸੀ ਕਿੰਨਾ ਕੁ ਟਾਈਮ ਲਵਾਉਂਦੇ ਸੀ ਅਤੇ ਉਹ ਖੁਰਾਕ ਦਾ ਕੀ ਸ਼ਡਿਊਲ ਹੁੰਦਾ ਤੁਹਾਡਾ ਬਾਈ ਉਹਨਾਂ ਦਾ ਹਿਸਾਬ ਹੈ ਕਿ ਮੈਂ ਹੁਣ 2 ਮਹੀਨੇ ਹੋ ਗਏ ਲਾਉਂਦਿਆਂ ਨੂੰ ਮੈਂ 10-15 ਦਿਨ ਉਹਨਾਂ ਕੋਲ ਹੋਰ ਲਾ ਜਾਂ ਮੈਂ ਇਹੋ ਸੋਚਦਾ ਕਿ ਮੈਂ ਪੰਜਾਬ 'ਚ ਮੈਂ ਜਿੱਥੇ ਮਰਜ਼ੀ ਕਬੱਡੀ ਖੇਡ ਸਕਦਾ ਕੋਈ ਚੱਕਰ ਨਹੀਂ ਜੀ 2 ਟਾਈਮ ਮਿਹਨਤ ਕਰਾਉਂਦੇ ਖੁਰਾਕ ਦੀ ਤਾਂ ਇਹੋ ਜਿਹੀ ਗੱਲ ਹੈ ਬਾਈ ਪਤਾ ਨਹੀਂ ਉੱਥੇ ਗਰਾਊਂਡ ਦਾ ਬਾਈ ਰੱਬ ਸਬੱਬੀ ਲਾ ਲਓ ਕੋਈ ਦੇਣ ਹੈ ਉਹਨਾਂ ਨੂੰ ਗਰਾਊਂਡ ਦੀ ਜਿਹੜਾ ਬੰਦਾ ਕਹਿੰਦੇ ਪੂਰੇ ਪੰਜਾਬ 'ਚ ਕਿ ਮੇਰਾ ਵਜ਼ਨ ਨਹੀਂ ਵੱਧਦਾ ਉੱਥੇ ਪਤਾ ਨਹੀਂ ਪਾਣੀ ਇਹੋ ਜਿਹਾ ਬਈ ਮੱਲੋ ਮੱਲੀ ਬੰਦੇ ਦਾ ਵਜ਼ਨ ਵੱਧਦਾ ਉੱਥੇ ਤਾਂ ਉਹ ਜਿੱਦਾਂ ਬਾਈ ਤੁਸੀਂ ਬੈਠੇ ਹੋ ਐਂ ਬਿਠਾ ਕੇ ਖੁਰਾਕ ਖਿਲਾਉਣੀ ਉਹਨਾਂ ਨੇ ਐਂ ਥੋੜ੍ਹੀ ਜਿਹੀ ਪ੍ਰੈਕਟਿਸ ਕਰਾਈ ਆਪਣਾ ਉਹਨਾਂ ਨੇ ਮੋਟਰਸਾਈਕਲ ਚੱਕਿਆ ਉਹ ਘਰ ਨੂੰ ਚਲੇ ਗਏ ਆਪਾਂ ਆਪਣੇ ਘਰ ਨੂੰ ਆ ਗਏ ਉਹ ਡਾਈਟ ਕਰਵਾ ਕੇ ਫਿਰ ਜਾਣਗੇ ਉਹ ਤਾਂ ਬਿਠਾ ਕੇ ਇੱਥੇ ਜਦ ਤੱਕ ਤੁਹਾਡੀ ਡਾਈਟ ਖਤਮ ਨਹੀਂ ਹੁੰਦੀ ਉਹਨਾਂ ਨੇ ਨਹੀਂ ਖਲਣਾ ਬਾਈ ਸਾਡੀ ਛੁੱਟੀ ਹੋ ਸਕਦੀ ਹੈ ਹਾਂਜੀ ਉਹਨਾਂ ਦੀ ਛੁੱਟੀ ਨਹੀਂ ਮੈਂ ਦੇਖੀ ਅੱਜ ਤੱਕ ਬਾਜੀ ਪੂਰਾ ਟਾਈਮ ਦਿੰਦੇ ਨੇ ਗਰਾਊਂਡ ਵਿੱਚ ਪੂਰਾ ਟਾਈਮ ਬਾਈ ਮੈਂ ਤੁਹਾਨੂੰ ਮੈਂ ਦੂਰੋਂ ਜਾਂਦਾ ਮੈਂ 30 ਕਿਲੋਮੀਟਰ ਮੇਰਾ ਸਫ਼ਰ ਹੈ ਹਾਂਜੀ ਮੈਂ ਹਲੇ ਰੋਜ਼ 5-10 ਮਿੰਟ ਲੇਟ ਹੋ ਜਾਂਦਾ ਪਰ ਕਦੇ ਮੈਂ ਮਾਸਟਰ ਜੀ ਉਹਨੇ ਲੇਟ ਦੇਖੇ ਕਿ ਕਦੇ ਉਹ 1/2 ਘੰਟਾ ਲੇਟ ਆ ਰਹੇ ਉੱਥੇ ਮੁੰਡਿਆਂ ਨੇ ਪ੍ਰੈਕਟਿਸ ਸ਼ੁਰੂ ਕਰਤੀ ਉਹ ਤਾਂ ਬਾਈ ਜਿਹੜਾ ਉਹਨਾਂ ਕੋਲ ਮਿਹਨਤ ਲਾ ਗਿਆ ਅਸੀਂ ਤਾਂ ਆਪ ਕਹਿੰਦੇ ਅਸੀਂ ਮਿਹਨਤ ਕਰ ਲੈਣਾ ਚਾਹੁੰਦੇ ਕਿ ਸਾਨੂੰ ਮਿਹਨਤ ਲਵਾਓ ਵੀ ਜਿੰਨਾ ਲਵਾ ਸਕਦੇ ਸਾਨੂੰ ਆਪ ਪਤਾ ਕਿ ਇਹਨਾਂ ਕੋਲ ਅਸੀਂ 2 ਮਹੀਨੇ ਮਿਹਨਤ ਲਾ ਕੇ ਅਸੀਂ 2 ਸਾਲ ਖੇਡ ਦੂੰਗੇ ਸਾਨੂੰ ਇੰਨਾ ਭਰੋਸਾ ਆਪਣੇ ਆਪ 'ਤੇ ਉਹਨਾਂ ਦੀ ਮਿਹਨਤ ਦੇ ਅਤੇ ਉਹਨਾਂ ਦੇ ਬਾਈ ਅਤੇ ਖੁਰਾਕ ਦਾ ਕੀ ਸ਼ਡਿਊਲ ਹੁੰਦਾ ਬਾਈ ਖੁਰਾਕ ਦਾ ਤਾਂ ਇਹੋ ਜਿਹਾ ਹੁਣ ਉਹ ਦੇਸੀ ਡਾਇਟ ਦੇ ਜ਼ਿਆਦਾ ਦਿੰਦੇ ਆ ਪਰ ਸਾਡੇ ਸੱਟਾਂ ਫੇਟਾਂ ਲੱਗ ਗਈਆਂ ਸਾਨੂੰ ਮੈਡੀਸਨ ਯੂਜ਼ ਕਰਨੀ ਪੈਂਦੀ ਹੈ ਬਾਈ ਸੱਟਾਂ ਫੇਟਾਂ ਕਰਕੇ ਸੱਟਾਂ ਹੁਣ ਮੇਰੇ 2 ਆਪਰੇਸ਼ਨ ਹੋਏ ਆ ਬਾਈ ਹੁਣ ਮੈਂ ਉਹੀ ਲੋਕਾਂ ਦੀ ਬਿਮਾਰੀ ਝੂਠ ਬੋਲੀ ਹਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਮੈਡੀਸਨ ਯੂਜ਼ ਕਰਨੀ ਪੈਂਦੀ ਹੈ ਪਰ ਸਾਨੂੰ ਕਦੇ ਉਸਤਾਦ ਨੇ ਨਹੀਂ ਇਹੋ ਜਿਹਾ ਕੰਮ ਕਰਨ ਨੂੰ ਕਿਹਾ ਸਾਡੇ ਕੋਚ ਸਾਹਿਬ ਨੇ ਮਾਸਟਰ ਜੀ ਨੂੰ ਮਤਲਬ ਤੁਹਾਡੀ ਸਰੀਰਕ ਲੋੜ ਦੇ ਮੁਤਾਬਕ ਜਿਵੇਂ ਸੱਟ ਵੱਜੀ ਹੈ ਜਾਂ ਪੇਨ ਵਗੈਰਾ ਦੀ ਇਹ ਚੀਜ਼ਾਂ ਫਿਰ ਉਹਦਾ ਲੈਣੀ ਪੈਂਦੀ ਹੈ ਬਾਈ ਹੁਣ ਅਸੀਂ ਸਪਲੀਮੈਂਟ ਵੀ ਯੂਜ਼ ਕਰਦੇ ਹਾਂ ਹਾਂਜੀ ਵਧੀਆ ਸਟੋਰ ਤੋਂ ਕਰਦੇ ਹਾਂ ਡਾਕਟਰੀ ਸਲਾਹ ਲੈ ਕੇ ਕਰਦੇ ਹਾਂ ਬਾਈ ਹੁਣ ਮਾਸਟਰ ਜੀ ਨੇ ਸਾਨੂੰ ਘਰੋਂ ਡਾਇਟ ਉਹਨੇ ਚੈੱਕ ਵੀ ਕਰਨੀ ਹੈ ਆ ਗਏ ਜਦੋਂ ਪ੍ਰੈਕਟਿਸ ਕਰਕੇ ਹਾਂਜੀ ਬਿਠਾ ਕੇ ਕੋਲ ਹਾਂਜੀ ਜੇ ਉਹਨਾਂ ਨੇ ਕਿਹਾ ਕਿ ਤੇਰੇ 10 ਅੰਡੇ ਤੇਰੇ ਹੋਣੇ ਚਾਹੀਦੇ ਆ ਘਿਓ ਹੋਣਾ ਚਾਹੀਦਾ 1 ਲੀਟਰ ਦੁੱਧ ਪਨੀਰ ਤੁਹਾਡਾ ਪਹਿਲਾਂ ਚੈੱਕ ਕਰਨਾ ਫਿਰ ਖਿਲਾਉਣਾ ਵੀ ਹੈਗਾ ਭਾਵੇਂ ਤੇਰਾ 1/2 ਘੰਟਾ ਲੱਗ ਜਾਵੇ ਉੱਥੇ 1 �ਘੰਟਾ ਲੱਗ ਜਾਵੇ ਜੀ ਜੀ ਉਹਨਾਂ ਨੇ ਬੈਠ ਜਾਣਾ ਕਿ ਬਹਿ ਜਾਓ ਮੈਂ ਖਵਾ ਕੇ ਹੀ ਤੁਰਨਾ ਇੱਥੋਂ ਅਤੇ ਵਜ਼ਨ ਕਿੰਨਾ ਬਾਈ ਤੁਹਾਡਾ ਮੇਰਾ ਵਜ਼ਨ ਫਿਲਹਾਲ ਹੁੰਦਾ ਬਾਈ 1 ਕੁਇੰਟਲ 17 ਹੈ 1 ਕੁਇੰਟਲ 17 ਕਿਲੋ ਹਾਂਜੀ ਹਾਂਜੀ 1 ਵੀਵੂ ਰੱਖਦਾ ਮੈਂ ਬਹੁਤਾ ਨਹੀਂ ਕਰਦਾ ਹੈਗਾ ਬਾਈ ਫਿਰ ਮੈਨੂੰ ਆਪਣੇ ਆਪ ਨੂੰ ਆਈ ਹੁੰਦਾ ਕਿ ਮੈਂ ਅਨਫਿੱਟ ਹਾਂ ਯਾਰ ਹਾਂਜੀ
ਮੈਂ 6.5 ਫੁੱਟ ਕਰ ਲਿਆ ਬਾਈ ਫੜ ਲਿਆ ਮੇਰਾ ਚਲਾਨ ਵੀ ਹੋ ਜਾਂਦਾ ਕਦੇ ਫੋਨ ਨਹੀਂ ਲਾਇਆ ਤੱਕ ਫਾਦਰ ਸਾਹਿਬ ਨੂੰ ਉਹ ਆਪਣਾ ਉਹਨਾਂ ਦਾ ਅਸੂਲ ਬਹੁਤ ਅੱਡ ਹੈ ਬੰਦੇ ਦੇ ਉਹਦੇ ਯਾਰ 2016 ਦੀ ਗੱਲ ਦੱਸਾਂ ਬਾਈ ਤੁਹਾਨੂੰ ਰੋਪੜ ਭਰਤੀ ਦਾ ਟਰਾਇਲ ਚੱਲਦਾ ਸਬ ਇੰਸਪੈਕਟਰ ਦਾ ਮੇਰੇ ਫਾਦਰ ਸਾਹਿਬ ਦੌੜਦੇ ਅਤੇ ਲੰਬਾਈ ਹਾਈਟ ਦੇ ਉਹਨਾਂ ਕੋਲ ਸਾਰਾ ਕੰਮ ਉਹਨਾਂ ਕੋਲ ਸੀ ਸਭ ਉੱਥੇ ਮੈਂ ਗਿਆ ਮੈਨੂੰ ਪਛਾਣ ਗਏ ਮੈਂ ਉੱਥੇ ਪਹਿਲੇ 2016 ਦੀ ਲੀਗ ਖੇਡਿਆ ਸੀ ਬਾਈ ਪੰਜਾਬ ਟਾਈਗਰੋਂ ਲੀਗ ਖੇਡ ਕੇ ਮੈਂ ਟਰਾਇਲ ਦੇਣ ਗਿਆ ਸੀ ਬਠਿੰਡੇ ਸਾਡਾ ਮੈਚ ਸੀ ਬਠਿੰਡੇ ਤੋਂ ਲੀਗ ਖੇਡ ਕੇ ਮੈਂ ਰੋਪੜ ਟਰਾਇਲ ਦੇਣ ਆ ਗਿਆ ਆਪਣਾ ਉੱਥੇ ਸਾਰੇ ਜਾਣਦੇ ਸੀ ਕਿ ਗੁਰਦੀਪ ਹੈ ਜੀਰਕਪੁਰ ਵਾਲਾ ਕੀ ਆ ਲੀਗ ਖੇਡ ਰਾਜ ਟੀ ਵੀ ਜਿਹਦਾ ਮੈਚ ਚੱਲਦਾ ਸੀ ਜਦੋਂ ਕਿ ਡੀ ਐਸ ਪੀ ਐਸ ਪੀ ਹੱਥ ਮਿਲਾਉਣ ਮੇਰੇ ਨਾਲ ਕਿ ਮੁੰਡਾ ਕਬੱਡੀ ਖੇਡਦਾ ਟਰਾਇਲ ਸਪੋਰਟਸਮੈਨ ਹੈ ਮੈਂ ਟਰਾਇਲ ਦੇ ਕੇ ਹਟਾ ਮੇਰੇ ਫਾਦਰ ਸਾਹਿਬ ਨੇ ਉੱਥੋਂ ਕਾਪੀ ਸਾਈਡ 'ਚ ਕਰਤੀ ਕਹਿੰਦੇ ਜੀ ਮੇਰਾ ਨੰਬਰ ਘੱਟ ਵੱਧ ਵੀ ਲੱਗ ਗਏ ਲੋਕਾਂ ਨੇ ਤੂੰ ਤਾਂ ਲਾ ਲੈਣੀ ਆ ਕਿ ਮੁੰਡੇ ਦੇ ਨੰਬਰ ਵੱਧ ਲਵਾ ਗਿਆ ਇੱਕ ਨਾ ਸਿਫਾਰਸ਼ ਨਹੀਂ ਕੀਤੀ ਮੇਰੇ 8 ਸਾਲ ਹੋ ਗਏ ਬਾਈ ਮੈਂ 7-8 ਭਰਤੀਆਂ ਦੇ ਕੇ ਆਊਂਗਾ ਕਦੇ ਸਿਫਾਰਸ਼ ਨਹੀਂ ਕਰਦੇ ਕਦੇ ਵੀ ਬਾਕੀ ਤਾਂ ਹੁਣ ਮੇਰੇ ਖਿਆਲ 2-3 ਸਾਲ ਹੋ ਗਏ ਤਾਂ ਕੰਮ ਲੋਕਡਾਊਨ ਨੇ ਸਾਰਾ ਕੁਛ ਕੰਮ ਲੋਕਡਾਊਨ ਪੈ ਗਿਆ ਉਹ ਬੰਦੇ ਦੇ ਆਪਣੇ ਅਸੂਲ ਲੱਗ ਗਏ ਥੋੜ੍ਹੇ ਜਿਹੇ ਉਹ ਨਾ ਸਿਫਾਰਸ਼ ਕਰਦੇ ਨਾ ਆਪਣੇ ਕਰਵਾਉਂਦੇ ਕਿਸੇ ਤੋਂ ਨਹੀਂ ਨਹੀਂ ਬਿਲਕੁਲ ਜੀ ਵੈਸੇ ਉਹ ਸੱਤ ਕੁ ਸਹੀ ਵੀ ਆਈ ਉਹ ਕਿਉਂਕਿ ਵੀ ਆਪਾਂ ਇਸ ਲਈ ਨਾ ਹੋਈਏ ਹੁਣ ਤੁਹਾਨੂੰ ਵੀ ਪਤਾ ਵੀ ਜੇ ਮੈਂ ਉਹ ਕੰਮ ਕਰੂੰਗਾ ਆਪਣੇ ਦਮ 'ਤੇ ਦਮ ਲੋਕ ਵੀ ਉਹਨਾਂ ਨੂੰ ਉਲਾਂਭੇ ਦਿੰਦੇ ਆ ਕਿ ਮੁੰਡਾ ਤੇਰਾ ਕੌਡੀ ਕਰਤਾ ਖੇਡੂਗਾ ਬਾਈ ਤੂੰ ਕਰਾ ਦੇ ਉਹ ਕਹਿੰਦਾ ਜੋ ਕਿਸਮਤ ਹੋਊਗਾ ਬਣ ਜੂਗਾ ਅਗਲੇ ਦੀ ਹਾਂਜੀ ਕਿਸਮਤ ਤਾਂ ਅਗਲਾ ਕੌਡੀ ਖੇਡਣ ਲੱਗ ਗਿਆ ਮੈਂ ਤਾਂ ਪੜ੍ਹਾਇਆ ਸੀ ਨੌਕਰੀ ਵਾਸਤੇ ਪੜ੍ਹਾਇਆ ਸੀ ਕੌਡੀ ਖੇਡ ਰਿਹਾ ਕਹਿੰਦਾ ਕਿੱਥੇ ਲੋਕਾਂ ਨੇ ਜਾਣਨਾ ਸੀ ਕਹਿੰਦਾ ਉਹਨੂੰ ਉਹ ਆਪ ਖੁਸ਼ ਹੈ ਹੁਣ ਬਾਈ ਪਹਿਲਾਂ ਉਹ ਕਦੇ ਨਹੀਂ ਪੁੱਛੇ ਕਰਦਾ ਸੀ ਕਿ ਮੈਚ ਦਾ ਕੀ ਬਣਿਆ ਕੀ ਨਹੀਂ ਬਣਿਆ ਹੁਣ ਮੈਚ ਵੀ ਦੇਖਦੇ ਹਾਂ ਘਰ ਆ ਕੇ ਹੀ ਪੁੱਛਦੇ ਹਾਂ ਪਹਿਲਾਂ ਵੀ ਤੂੰ ਮੰਨੂਗਾ ਨਹੀਂ ਮੈਨੂੰ 4-5 ਸਾਲ ਦਾ ਘਰਦਿਆਂ ਨੇ ਪੁੱਛਿਆ ਨਹੀਂ ਕਿ ਤੇਰੇ ਮੈਚ ਦਾ ਕੀ ਬਣਿਆ ਹੁਣ ਘਰਦੇ ਪੁੱਛਦੇ ਵੀ ਹੈ ਜਦੋਂ ਮੂਠੇ ਜਿੱਤੇ ਉਦੋਂ ਪੁੱਛਣ ਲੱਗ ਗਏ ਜਿੱਤਣ ਲੱਗ ਗਏ ਤੇ ਬਾਕੀ ਜਦੋਂ ਲੋਕ ਵੀ ਆ ਕੇ ਦੱਸਦੇ ਨਾ ਫਾਦਰ ਸਾਹਿਬ ਨੂੰ ਜਦੋਂ ਦੱਸਦੇ ਪਤਾ ਫਾਦਰ ਸਾਹਿਬ ਨੂੰ ਬਾਹਰੋਂ ਦੱਸਿਆ ਕਿਸੇ ਨੇ ਕਿ ਤੁਹਾਡਾ ਮੁੰਡਾ ਵਧੀਆ ਖੇਡਦਾ ਹਾਂਜੀ ਪੰਜਾਬ ਪੁਲਿਸ ਤੋਂ ਬਾਹਰੋਂ ਬੰਦੇ ਨੇ ਫਿਰ ਪੁੱਛਣ ਲੱਗੇ ਫਿਰ ਹੁਣ ਰਾਤ ਨੂੰ ਜਦੋਂ ਤੱਕ ਮੈਂ ਆਉਂਦਾ ਨਹੀਂ ਹੈਗਾ ਜਦੋਂ ਜਾਗਦਾ ਹੀ ਹੈ ਉਹ ਪੁੱਛਦੇ ਚਲੋ ਸੋ ਕੇ ਸਵੇਰੇ ਉੱਠ ਕੇ ਪੁੱਛਣਾ ਉਹਨੇ ਕੀ ਬਣਿਆ ਮੈਂ ਇੱਦਾਂ ਖੁਰਾਕ ਪਾਣੀ ਦੀ ਫੁੱਲ ਐਂ ਨਹੀਂ ਕਿ ਜੋ ਚੀਜ਼ ਕਹਿਤੀ ਉਹ ਮਿਲੂਗੀ ਬਾਈ ਤਾਂ ਤਾਂ ਹੀ ਤਾਂ ਬਾਈ ਸਾਨੂੰ ਮੈਂ ਕਦੇ ਉਲਾਂਭਾ ਨਹੀਂ ਦਿੰਦਾ ਕਿਸੇ ਪ੍ਰਮੋਟਰ ਨੂੰ ਕਿ ਸਾਡੀ ਬਾਂਹ ਨਹੀਂ ਫੜੀ ਬਾਈ ਯਾਰ ਜਿਹੜੇ ਪਲੇਅਰ ਘਰ ਤੋਂ ਨਹੀਂ ਪੈਸਾ ਕਰ ਸਕਦੇ ਉਹਨਾਂ ਦੀ ਕਰਦਾ ਉਹਨਾਂ ਨੂੰ ਕਰਨੀ ਚਾਹੀਦੀ ਹੁਣ ਮੈਂ ਧੱਕੇ ਤੋਂ ਤੂੰ ਤਾਂ ਲਾਈ ਹਾਂ ਬਾਈ ਸਾਨੂੰ ਘਰ ਸਭ ਕੁਝ ਬਿਲਕੁਲ ਬਾਈ ਰੱਜੀ ਨੀਤ ਵਾਲੇ ਬੰਦੇ ਦਾ ਹੀ ਫਰਕ ਹੁੰਦਾ ਬਸ ਬਸ ਨਹੀਂ ਬਿਲਕੁਲ ਬਾਈ ਬਹੁਤ ਵਧੀਆ ਸੋਚ ਹੈ ਬਾਈ ਤੁਹਾਡੀ ਵੀ ਅਤੇ ਫਾਦਰ ਸਾਹਿਬ ਦੀ ਪਰਿਵਾਰ ਦੀ ਵੀ ਅੱਛਾ ਬਾਈ ਕਬੱਡੀ ਦੇ ਨਾਲ ਨਾਲ ਫਿਰ ਹੋਰ ਕੀ ਸ਼ੌਂਕ ਰੱਖੇ ਤੁਸੀਂ ਬਾਈ ਸ਼ੌਂਕ ਤਾਂ ਫਾਦਰ ਸਾਹਿਬ ਨੂੰ ਤੇ ਮੈਨੂੰ ਆਪਦਾ ਹੀ ਹੈ ਕਿ ਜਿੱਕਣ ਸਾਡਾ ਸ਼ਹਿਰੀਦਾਰੀ ਏਰੀਆ ਹੈਗਾ ਪਰ ਅਸੀਂ ਆਪਣਾ ਖੇਤੀਬਾੜੀ ਵੀ ਕਰਦੇ ਹਾਂ ਅਤੇ ਮੱਝਾਂ ਮੁੱਝਾਂ ਚੰਗੀਆਂ ਰੱਖੀਆਂ ਹੋਈਆਂ ਬਾਈ ਮੈਂ ਹਾਂਜੀ ਪੂਰੇ ਸ਼ੌਂਕ ਨਾਲ ਕੰਮ ਕਰਦੇ ਹਾਂ ਆਪਾਂ ਭਰਾ ਹੈ ਮੇਰਾ ਤਾਏ ਦਾ ਮੁੰਡਾ ਅਤੇ ਮੈਂ ਆਪਾਂ ਜੀ ਸ਼ੌਂਕ ਨਾਲ ਕੰਮ ਕਰਦੇ ਹਾਂ ਆਪਦੇ ਕਰਕੇ ਕਰਦੇ ਹਾਂ ਕੋਈ ਦੁੱਧ ਦੇ ਵਿੱਚ ਮੁੱਚਣ ਕਰਕੇ ਨਹੀਂ ਕੰਮ ਕਰਦੇ ਅਸੀਂ ਭਾਜੀ ਆਪਣੇ ਆਪਦੇ ਕਰਕੇ ਕਰਦੇ ਹਾਂ ਮੱਝਾਂ ਕਿੰਨੀਆਂ ਰੱਖੀਆਂ ਜੀ ਮੱਝਾਂ ਹੈਗੀਆਂ ਬਾਈ 6-7 ਮੱਝਾਂ ਰੱਖੀਆਂ ਹੋਈਆਂ ਆਪ ਹੀ ਸਾਂਭਦੇ ਉਹਨਾਂ ਨੂੰ ਆਪ ਹੀ ਸਾਂਭਦੇ ਕੋਈ ਨੌਕਰ ਨਹੀਂ ਕੋਈ ਚੱਕਰ ਨਹੀਂ ਕੋਈ ਨਹੀਂ ਜੀ ਆਪਦੇ ਮਾਤਾ ਹੈ ਮੇਰੀ ਮੈਂ ਅਤੇ ਭਾਈ ਹੈ ਤਾਏ ਦਾ ਮੁੰਡਾ ਜੀ ਆਪ ਅਤੇ ਮਾਨ ਸਨਮਾਨ ਬਾਈ ਕਿੰਨੇ ਕੋਏ ਆ ਮਾਨ ਸਨਮਾਨ ਮੈਂ ਕੋਈ ਮੋਟਰਸਾਈਕਲ ਗੱਡੀ ਦਾ ਮਾਨ ਸਨਮਾਨ ਨਹੀਂ ਬਾਈ ਮੈਂ ਹੁਣ ਕਰਦੇ ਵੀ ਹੈਗੇ 2 ਸਾਲ ਤੋਂ ਮੈਨੂੰ ਫੋਨ ਵੀ ਆਉਂਦੇ ਆ ਕਿ ਮੋਟਰਸਾਈਕਲ ਦਾ ਸਨਮਾਨ ਕਰੋ ਸਾਡੀ ਟੀਮ ਵੱਲੋਂ ਮਾਂ ਨਹੀਂ ਯਾਰ ਦਿੱਤਾ ਹੋਇਆ ਪਰਮਾਤਮਾ ਨੇ ਮੈਨੂੰ ਸਾਰਾ ਕੁਝ ਦਿੱਤਾ ਹੋਇਆ ਮੈਂ ਉਹਨੂੰ ਕਹਿੰਦੇ ਹਾਂ ਲੋਕਾਂ ਨੂੰ ਮਜਬੂਰ ਇੱਕ ਮਜਬੂਰ ਵੀ ਬਹੁਤ ਕਰਦੇ ਆ ਬਾਈ ਲੋਕ ਮੇਰਾ ਸਨਮਾਨ ਕਰੋ ਉੱਥੇ ਮੋਟਰਸਾਈਕਲ ਨਾਲ ਇਹ ਤਾਂ ਜ਼ਿਆਦਾ ਚੱਲ ਰਿਹਾ ਜੀ ਮੈਂ ਕਦੇ ਨਹੀਂ ਕਰਦਾ ਕਿਸੇ ਨੂੰ 2016 ਦੀ ਗੱਲ ਦੱਸਾਂ ਬਾਈ ਵੱਲੋਂ ਜਿਹੜਾ ਟੂਰਨਾਮੈਂਟ ਖੇਡ ਕੇ ਹਟਿਆ ਪਿੰਡ ਭਰ ਦਾ ਰਾਤ ਨੂੰ ਮੈਂ ਉੱਥੇ ਬੈਸਟ ਸੀ ਅਗਲੇ ਦਿਨ ਅਕੈਡਮੀ ਦਾ ਮੈਚ ਸੀ ਮੈਨੂੰ ਆਫਰ ਆਈ ਰਾਤ ਨੂੰ ਕਿ ਕਹਿੰਦਾ ਉਹਨੂੰ ਸਵੇਰੇ ਬੁਲਟ ਨਾਲ ਸਨਮਾਨ ਕਰੂੰਗੇ ਤੁਹਾਡੀ ਟੀਮ ਵੱਲੋਂ ਖੇਡ ਲੈ ਕਿ ਮਾਸਟਰ ਜੀ ਉਹਨੂੰ ਛੱਡ ਦਿਓ ਮੈਂ ਕਿਹਾ ਮੈਨੂੰ ਮੋਟਰਸਾਈਕਲ ਦਾ ਮੇਰੇ ਘਰ ਖੜੇ ਆ ਬਾਈ ਮੈਨੂੰ ਕੀ ਲੋੜ ਮੋਟਰਸਾਈਕਲ ਦੀ ਉਹੀ ਧੱਕੇ ਦੇ ਬੰਦੇ ਨੂੰ ਮੈਂ ਇੱਕ ਮੋਟਰਸਾਈਕਲ ਕਰਕੇ ਮਾਸਟਰ ਜੀ ਉਹਨੂੰ ਥੋੜ੍ਹੀ ਛੱਡ ਸਕਦਾ ਨਹੀਂ ਬਿਲਕੁਲ ਜੀ ਇੱਦਾਂ ਦੀਆਂ ਸ਼ਖਸੀਅਤਾਂ ਕਿਤੇ ਮਿਲਦੀਆਂ ਨੇ ਜੀ ਨਾਲ ਖੜਨ ਵਾਲੇ ਚੰਗੇ ਗੁਣ ਵਾਲੇ ਇਨਸਾਨ ਨੇ ਜਿਹੜੇ ਬਹੁਤ ਘੱਟ ਮਿਲਦੇ ਸਾਨੂੰ ਜੀ ਬਾਈ ਹੁਣ ਵੀ ਫੋਨ ਮਾਰਦੀ ਹੈ ਮਾਸਟਰ ਜੀ ਉਹਨੂੰ ਐਂ ਥੋੜ੍ਹੀ ਉਹ ਕਬੱਡੀ ਤੱਕ ਸੀਮਤ ਨਹੀਂ ਹੈਗੇ ਸਾਡੇ ਨਾਲ ਬਾਈ ਚੱਕਰ ਸਾਰੀ ਆਹ ਗੱਲ ਦੇਖੀ ਹੈ ਮੈਂ ਉਹ ਇਕੱਲੇ ਕਬੱਡੀ ਕਰਕੇ ਸੀਮਤ ਨਹੀਂ ਸਾਡੇ ਨਾਲ ਪਰਿਵਾਰਕ ਤੌਰ 'ਤੇ ਚੰਗੀ ਸਾਂਝ ਹੈ ਸਾਡੀ ਨਹੀਂ ਬਿਲਕੁਲ ਬਾਈ ਹੁਣ ਵੀ ਇੱਦਾਂ ਹੀ ਚਾਹੀਦੀ ਹੈ ਉਹ ਇਕੱਲੇ ਪਲੇਅਰ ਨਹੀਂ ਬਣਾਉਂਦੇ ਬਾਈ ਉੱਥੇ
कि बंदा प्लेयर बनाता उदा मुल पवा दिया तोरता किते ना किते चंगे इंसान ही बनाउंदे भाई। हां बिल्कुल इंसान इंसानियत दा ही मुल है इत्थे। बिल्कुल जी बिल्कुल। ਪੈਸਾ ਤਾਂ ਤੁਹਾਨੂੰ ਪਤਾ ਹੀ ਆ ਅੱਜ ਹੈਗਾ ਨਹੀਂ ਹੈਗਾ ਕੱਲ ਨੂੰ ਹੈਗਾ ਨਾ ਬਣ ਜਾਂਦਾ ਪੈਸਾ ਬਣ ਜਾਂਦਾ ਉਹਦੇ ਨਾਲ ਨਾਲ ਕਿਰਦਾਰ ਬਣਦਾ ਜਿਹੜਾ ਬੰਦੇ ਦਾ ਕਿਰਦਾਰ ਬਹੁਤ ਔਖਾ ਇੱਕ ਭਾਈ ਆ ਵੀ ਗੱਲ ਹੈ ਪਿੱਠ ਪਿੱਛੇ ਗੱਲ ਕਰਨੀ ਨਾ ਕਿਸੇ ਦੀ ਜੇ ਪਿੱਠ ਵਿੱਚ ਚੰਗਾ ਹੀ ਕੰਮ ਕਰੂੰਗੇ ਤਾਂ ਹੀ ਪਿੱਠ ਪਿੱਛੇ ਆਪਣੀ ਚੰਗੀ ਗੱਲ ਹੋਊਗੀ ਜੇ ਮਾੜੇ ਕੰਮ ਕਰੂੰਗੇ ਤਾਂ ਤੁਹਾਨੂੰ ਕੌਣ ਦੇਊਗਾ ਕੌਣ ਦੇਊਗਾ ਹੁਣ ਮੌਲੀ ਪਿੰਡ ਹੈ ਬਾਈ ਮੌਲੀ ਦੇ ਵਿੱਚ ਕਿਸੇ ਘਰ ਨੂੰ ਵੀ ਜਾ ਕੇ ਕਹਿ ਦਿਓ ਕਿ ਮੌਲੀ ਖੜੇ ਜਾ ਮੁੰਡਾ ਮਿਹਨਤ ਕਰਦਾ ਸਾਰੇ ਪਿੰਡ ਨਾਲ ਖੜਨ ਨੂੰ ਤਿਆਰ ਹੋ ਜਾਂਦਾ ਕਹਿਣਾ दो साल मेहनत करी अपना तुर गए किते कोई नहीं पुछदा भाई नहीं नहीं बिलकुल आही तां हैगा फिर कुछ ना कुछ पाउण वास्ते ना कुछ खोना ही पैंदा घर भी आए भाई मेरे बुलट मोटरसाइकिल दी ऑफर सी मैनूं घर भी आए मेरे रिश्तेदारां नूं प्रेशर पवाया ਕਿਤੇ ਨੂੰ ਬੁਲਟ ਮੋਟਰਸਾਈਕਲ ਦੇ ਦਿੰਦੇ ਆ ਸਾਡੇ ਘਰ ਨਹੀਂ ਆ ਜਾ ਸਾਡੇ ਘਰ ਨਹੀਂ ਆ ਜਾ ਮੈਂ ਮੋਟਰਸਾਈਕਲ ਕੀ ਕਰਨਾ ਫਾਦਰ ਸਾਹਿਬ ਨੇ ਮੈਂ ਫਾਦਰ ਸਾਹਿਬ ਨਾਲ ਗੱਲ ਕਰੀ ਕਹਿੰਦਾ ਗੇਮ ਦਾ ਤੇਰੀ ਆਪਣੀ ਆ ਪਰ ਅੱਗੇ ਆਈ ਜ਼ਿੰਦਗੀ ਵੀ ਦੇਖੋ ਕਿਉਂਕਿ ਮੋਟਰਸਾਈਕਲ ਕਰਕੇ ਆਪਣੀ ਜ਼ਿੰਦਗੀ ਵੀ ਨਾ ਖਰਾਬ ਕਰੋ ਸਾਰੀ ਉਮਰ ਲੋਕਾਂ ਨੇ ਗਾਲਾਂ ਵੀ ਕੱਢਣੀਆਂ ਗਾਲਾਂ ਵੀ ਕੱਢਣੀਆਂ ਬਿਲਕੁਲ ਜੀ ਬਥੇਰੇ ਨੇ ਇੱਦਾਂ ਦੇ ਜੀ ਖਾ ਕਤਰ ਕੇ ਸਾਰਾ ਕੁਝ ਜਦੋਂ ਤਿਆਰ ਕਰ ਦਿੰਦੇ ਨੇ ਉਦੋਂ ਪੈਸੇ ਵਿੱਚ ਭੱਜ ਕੇ ਦੂਜੇ ਪਾਸੇ ਵਗ ਜਾਂਦੇ ਨੇ ਬਥੇਰੇ ਹੁੰਦੇ ਨਹੀਂ ਬਾਈ ਹੁਣ ਹਿਸਾਬ ਲਾ ਲਈ ਉਹ ਮੋਟਰਸਾਈਕਲ ਮੈਂ ਜਵਾਬ ਦਿੱਤਾ ਮੋਟਰਸਾਈਕਲ ਵੀ ਜਿੱਤ ਗਿਆ ਵਾਧੂ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਗੱਡੀ ਨਹੀਂ ਸੀ ਹੁਣ ਗੱਡੀ ਇੱਕ ਛੱਡ ਦੋ ਹੈ ਜੇ ਨੀਤ ਨੂੰ ਮਰਾਦਾ ਇੱਥੇ ਨੀਤ ਨੂੰ ਮਰਾਦਾ ਬਾਈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਈ ਜੀ ਤੁਹਾਨੂੰ ਮੈਚ ਕਿਹੜੇ ਖੇਡ ਕੇ ਵਧੀਆ ਲੱਗਦਾ ਪਿੰਡ ਓਪਨ ਦੇ ਜਾਂ ਕਲੱਬਾਂ ਦੇ ਬਾਈ ਪਿੰਡ ਵਾਰ ਤਾਂ ਤੁਹਾਨੂੰ ਪਤਾ ਹੀ ਹੈ ਮਾਲਵੇ ਵਾਲੇ ਨੇ ਤਾਂ ਜਿੰਦ ਜਾਨ ਆਹੀ ਹੈ ਪਿੰਡ ਵਾਰ ਬਿਨਾਂ ਸਾਡੀ ਗਤੀ ਨਹੀਂ ਹੈਗੀ ਹਾਂਜੀ ਪਿੰਡ ਵਾਰ ਤੋਂ ਹੀ ਬੰਦੇ ਦੀ ਪੁੱਛ ਬਣਦੀ ਹੈ ਸਾਡੀ ਪਿੰਡ ਵਾਰ ਤੋਂ ਹੀ ਪੁੱਛ ਬਣੀ ਸੀ ਜੀ ਤਾਂ ਹੀ ਅਕੈਡਮੀ ਖੇਡਣ ਲੱਗੇ ਪਰ ਸਾਨੂੰ ਕੋਚ ਸਾਹਿਬ ਅਕੈਡਮੀ ਨੂੰ ਖਿੱਚਦੇ ਜਾਂਦਾ ਉਹਨਾਂ ਦੀ ਵੀ ਗੱਲ ਸਹੀ ਹੈ ਆਪਣੀ ਹਲਸੀ ਨਹੀਂ ਬਿਲਕੁਲ ਉਹ ਵੀ ਗੱਲ ਸਹੀ ਹੈ ਪਰ ਸਾਨੂੰ ਇੱਕ ਪਲੇਅਰ ਨੂੰ ਆ ਹੁੰਦਾ ਕਿ ਐਤਕੀ ਸੀਜ਼ਨ 'ਚ ਮੈਂ ਵਧੀਆ ਖੇਡਣਾ ਚਾਰ ਪੈਸੇ ਇਕੱਠੇ ਕਰ ਲੈ ਇਕੱਠੇ ਕਰ ਲਾਂ ਜੀ ਬਿਲਕੁਲ ਪਿੰਡ ਵਾਰ ਤੋਂ ਇਕੱਠੇ ਹੁੰਦੇ ਚੰਗੇ ਬਿਲਕੁਲ ਜੀ ਬਿਲਕੁਲ ਤੇ ਹੋਰ ਕਿਹੜੀਆਂ ਕਿਹੜੀਆਂ ਟੀਮਾਂ 'ਚ ਭਾਈ ਪਿੰਡ ਵਾਰ ਖੇਡਦੇ ਤੁਸੀਂ ਮੈਂ ਯਾਰ ਸਭ ਤੋਂ ਪਹਿਲਾਂ ਸ਼ੁਰੂ ਤੋਂ ਸੈਂਪਲ 'ਚ ਖੇਡਣ ਲੱਗਿਆ ਸੀ ਉਸ ਤੋਂ ਬਾਅਦ ਸਾਡੇ ਏਰੀਏ 'ਚ ਮਨੀ ਧਨੌਰੀ ਟੀਮ ਬਣਾਉਂਦਾ ਉਹਦੇ 'ਚ ਖੇਡਿਆ ਖੁੱਡੇ ਵਾਲੀ ਸ਼ੇਰ ਹੋ ਗਏ ਜਿਹੜੇ ਵਿੱਚ ਵੀ ਖੇਡਿਆ ਬਹੁਤ ਮੈਚ ਹਾਂਜੀ ਸੱਤੀ ਦਰਸ਼ਨ ਉਹਨਾਂ ਨਾਲ ਬਹੁਤ ਮੈਚ ਖੇਡਿਆ ਉਹਨਾਂ ਨਾਲ ਮੈਂ ਅਤੇ ਜਾਂ ਜ਼ਿਆਦਾ ਮੈਂ ਪੰਮੇ ਅਤੇ ਲਾਡੀ ਨਾਲ ਖੇਡਿਆ ਉਹਦਾ ਬਹੁਤ ਮਨੀ ਨਾਲ ਬਹੁਤ ਮੈਚ ਖੇਡਿਆ ਬੰਦੇ ਨਾਲ ਹਾਂਜੀ ਹਾਂ ਅਤੇ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਫੋਨ ਆਈ ਜਾਂਦਾ ਉੱਧਰ ਹੀ ਚਲੇ ਜਾਂਦੇ ਖੇਡਣ ਪਰ ਜਿੱਕਣ ਮੈਂ 2 ਸਾਲ ਤੋਂ ਬਾਈ ਮੋਗੇ ਏਰੀਆ 'ਚ ਪੜਿਆ ਜਾ ਕੇ ਉਹ ਸਵਾਦ ਅੱਡੇ ਆ ਖੇਡਣ ਦਾ ਉੱਧਰ ਜੀ ਬੜਾ ਨਜ਼ਾਰਾ ਆਉਂਦਾ ਉੱਧਰ ਖੇਡਣ ਦਾ ਬੰਦੇ ਦਾ ਉਹ ਬੰਦੇ ਇੰਨਾ ਭਰੋਸਾ ਕਰਕੇ ਬੁਲਾਉਂਦੇ ਸਾਨੂੰ ਪਰ ਅਸੀਂ ਵੀ ਰੱਬ ਸਬੱਬੀ ਕਹਿ ਦਈਏ ਰੱਬ ਦੀ ਇੰਨੀ ਮਿਹਰ ਹੈ ਉਹਨਾਂ ਦੇ ਪੂਰੇ ਭਰੋਸੇ 'ਤੇ ਉਤਰਦੇ ਹਾਂ ਉੱਥੇ ਜਾ ਕੇ ਅਗਲੇ ਇੰਨਾ ਇੱਜ਼ਤ ਮਾਣ ਕਰਦੇ ਹੈ ਕਿ ਮੈਂ ਸੋਚਦਾ ਕਿ ਇੱਕਣਾ ਬਹਿ ਕੇ ਸੋਚਦਾ ਮੈਂ ਇਕੱਲਾ ਹੀ ਬੈਠਾ ਸੀ ਇੱਕ ਦਿਨ ਯਾਰ ਮੈਂ ਜੇ ਹੁਣ ਨੌਕਰੀ ਵੀ ਕਰਦਾ ਹੁੰਦਾ ਕਿੰਨਾ ਮਾਣ ਸਨਮਾਨ ਕਿਤੇ ਨਹੀਂ ਮਿਲਣਾ ਨਾ ਜੀ ਜੋ ਨਾਂ ਨਾਮਣਾ ਹੁਣ ਪਿੰਡ ਦੇ ਨਾਲ ਬੇਸ਼ੱਕ ਤੁਸੀਂ ਜੀਰਕਪੁਰ ਕਰਕੇ ਮਸ਼ਹੂਰ ਹੋਏ ਹੋ ਪਰ ਜਦੋਂ ਤੁਹਾਡੇ ਪਿੰਡ ਦੀ ਬੈਕਗ੍ਰਾਊਂਡ ਲੋਕਾਂ ਦੇ ਵਿੱਚ ਜਾਊਗੀ ਵੀ ਨਹੀਂ ਯਾਰ ਵੀ ਇਹਨਾਂ ਦਾ ਪਿੰਡ ਤਾਂ ਲੈ ਲਈਆ ਲੈ ਲਈ ਪਿੰਡ ਹੈ ਬਾਈ ਠੀਕ ਹੈ ਨਾ ਜੀ ਪਿੰਡ ਨੂੰ ਵੀ ਮਾਣ ਹੋਣਾ ਹੀ ਬਈ ਮੋਗੇ ਡਰੋਲੀ ਵਾਲੇ ਮੁੰਡੇ ਹੈ ਹਾਂਜੀ ਉਹ ਇੰਨੇ ਬੰਦੇ ਸਾਨੂੰ ਇੱਜ਼ਤ ਮਾਣ ਦਿੰਦੇ ਹੈ ਉਹ ਹੋਰ ਪਿੰਡਾਂ 'ਚ ਪਿੰਡ ਦੇ ਲਾਗ ਨੇੜੇ ਟੂਰਨਾਮੈਂਟ ਹੁੰਦੇ ਆ ਹੋਰ ਟੀਮਾਂ 'ਚ ਵੀ ਖੜਾਈ ਜਾਂਦੇ ਆ ਮੈਨੂੰ ਉਹ ਇੰਨਾ ਮਾਣ ਸਨਮਾਨ ਕਰਦੇ ਆ ਬਈ ਉਹਨਾਂ ਦੇ ਮੈਂ ਘਰ ਦੇ ਵੀ ਇੰਨਾ ਆਦਰ ਸਤਿਕਾਰ ਕਰਦੇ ਆ ਕਿ ਮੈਂ ਹੈਰਾਨ ਮੰਨ ਲੈਂਦਾ ਕਿ ਮੈਂ 225 ਕਿਲੋ 250 ਕਿਲੋਮੀਟਰ ਪੈਂਦਾ ਬਾਈ ਮੈਨੂੰ ਉੱਥੇ ਹਾਂਜੀ ਇੱਧਰੋਂ ਹਾਂਜੀ ਪਰ ਮੈਨੂੰ ਇਹੋ ਜਿਹਾ ਚਸਕਾ ਪੈ ਗਿਆ ਮੋਗੇ ਦਾ ਜੇ ਮੈਂ ਅੱਜ ਮੈਚ ਖੇਡ ਗਿਆ ਸਵੇਰੇ ਫਿਰ ਉੱਧਰ ਚਲੇ ਜਾਣਾ ਜੀ ਇਹ ਮੋਗਾ ਦੇ ਲੋਕ ਲੱਗਣ ਲੱਗ ਗਏ ਸੀ ਮੈਨੂੰ ਵਿੱਚ ਨੂੰ ਤਾਂ ਹਾਂਜੀ ਮੈਂ 18 ਦਿਨ ਮੈਚ ਖੇਡਿਆ ਉੱਥੇ ਜਾ ਕੇ ਬਿਲਕੁਲ ਜੀ ਡਰੋਲੀ ਵਾਲਾ ਜਗਤਾਰ ਮੁੰਡਾ ਬਹੁਤ ਵਧੀਆ ਬੰਦਾ ਯਾਰ ਉਹ ਪਲੇਅਰ ਨਾਲੋਂ ਬਹੁਤ ਚੰਗਾ ਬੰਦਾ ਦੂਏ ਲੋੜੇ ਵਰਤਣ ਨੂੰ ਵੀ ਬੰਦਾ ਬਹੁਤ ਵਧੀਆ ਹਾਂਜੀ ਹਾਂਜੀ ਬਿਲਕੁਲ ਬਾਈ ਜੀ ਆਹੀ ਚੀਜ਼ਾਂ ਨੇ ਨਾ ਵੱਡੀ ਪਿਆਰ ਸਤਿਕਾਰ ਦੀ ਇੱਜ਼ਤ ਮਾਣ ਪੈਸਾ ਤਾਂ ਬਾਈ ਦਿੰਦੇ ਆ ਤੁਹਾਨੂੰ ਉਹੀ ਗੱਲ ਮੈਂ ਕਹਿ ਦਿਆਂ ਕਿ ਇੰਟਰਵਿਊ ਕਰਨ ਲੱਗਿਆ ਕਿ ਮੈਂ ਝੂਠ ਬੋਲਾਂ ਪੈਸਾ ਚੰਗਾ ਦਿੰਦੇ ਬਾਈ ਉੱਧਰ ਵੀ ਬਿਲਕੁਲ ਖੇਡ ਕੇ ਬੰਦਾ ਯਾਰ ਸੋਚਦਾ ਕਿ ਚੱਲ 4 ਪੈਸੇ ਇਕੱਠੇ ਕਰ ਲੈਂਦੇ ਹਾਂ ਖੇਡ ਕੇ ਯਾਰ ਕਿ ਹੁਣ ਜਿੱਕਣ ਕਰੋਨਾ ਦਾ ਦੌਰ ਚੱਲਿਆ ਹੋਇਆ ਸੀ ਬਾਹਰ ਦਾ ਤਾਂ ਪਤਾ ਹੀ ਸਾਰਾ ਬੰਦ ਹੈ ਬੰਦ ਹੈ ਜੀ ਹੁਣ ਮੈਂ ਤੁਹਾਨੂੰ ਕਹਿ ਦਿਆਂ ਬਾਈ 2-4 ਮੇਲੇ ਖੇਡ ਕੇ ਬੰਦਾ 40-50 ਹਜ਼ਾਰ ਇਕੱਠਾ ਕਰ ਲੈਣਾ ਉੱਧਰ ਬਿਲਕੁਲ ਹੋਰ ਕੀ ਚਾਹੀਦਾ ਬੰਦੇ ਨੂੰ ਅੱਛਾ ਬਾਈ ਜਿਵੇਂ ਡੋਪ ਟੈਸਟ ਵਗੈਰਾ ਹੋਏ ਆ ਫਿਰ ਤੁਸੀਂ ਦਿੱਤੇ ਹੋ ਹਾਂ ਬਾਈ ਦਿੱਤੇ ਆ ਮੈਂ ਆਨੰਦਪੁਰ ਸਾਹਿਬ ਚੈਂਪੀਅਨਸ਼ਿਪ ਦੇ ਮੈਂ ਬੈਸਟ ਨਿਕਲਿਆ ਸੀ ਤਾਂ ਮੈਨੂੰ ਰਾਸ਼ੀ ਜਿਹੜੀ ਮਿਲਣੀ ਸੀ ਉਹ ਟੈਸਟ ਪਾਸ ਕਰਕੇ ਫਿਰ ਮਿਲੀ ਹੈ ਰਾਸ਼ੀ ਵਾਜੀ ਵਾ ਮੈਨੂੰ ਬਲਕਿ ਜਿਹੜਾ ਟੈਸਟ ਲੈਣ ਵਾਲਾ ਬੰਦਾ ਤਾਂ ਬਲੇਮ ਕਰਨ ਲੱਗਿਆ ਕਹਿੰਦਾ ਯਾਰ ਤੂੰ ਪਿਸ਼ਾਬ ਹੋਰ ਦਿਓ ਸਾਨੂੰ ਮੈਂ ਲੈ ਲਓ ਭਾਈ ਮੈਂ ਪਿਸ਼ਾਬ ਇਹ ਤਾਂ ਨਹੀਂ ਆਉਣਾ
ਦੁੱਧ ਪੀ ਕੇ ਆਉਣਾ ਮੈਂ ਦੁੱਧ ਪੀ ਲੈਣ ਦਾ ਮੈਨੂੰ ਕਹਿੰਦੇ ਦੁੱਧ ਨਾਲ ਹੀ ਚੱਕੀ ਫਿਰਦਾ ਮੈਂ ਹੋਰ ਕੀ ਆ ਮੋਰ ਦਾ ਮੈਂ ਕੀ ਲਾਇਆ ਹੋਇਆ ਮੈਂ ਸਵੇਰ ਦੇ ਇੱਥੇ ਧੱਕੇ ਖਾਣ ਲੱਗੇ ਹਾਂ ਕਬੱਡੀ ਖੇਡਣ ਲੱਗੇ ਹਾਂ ਹਾਂਜੀ ਆਪਣਾ ਸਾਰਾ ਸਮਾਨ ਮੈਂ ਗੱਡੀ 'ਚ ਰੱਖਦਾ ਮੈਂ ਜੀ ਦੁੱਧ ਤਾਂ ਪੀ ਕੇ ਉਹਨੂੰ ਕਿਹਾ ਮੈਂ ਅੱਧਾ ਘੰਟਾ ਰੁਕ ਜਾ ਫਿਰ ਉਹਨੇ ਪਿਸ਼ਾਬ ਦਿੱਤਾ ਪਿਸ਼ਾਬ ਅੱਗੇ ਗਿਆ ਕਾਲਾ ਗੁਲਥਮ ਵਾਲਾ ਉੱਥੇ ਅੱਜ ਦਾ ਡੋਪ ਟੈਟ ਦਾ ਚੇਅਰ ਪਰਸਨ ਲਾਇਆ ਹੋਇਆ ਸੀ ਉਹਦੇ ਹੱਥ ਸੀ ਸਾਰਾ ਕਾਰੋਬਾਰ ਬਾਈ ਉਹਨੇ ਫਿਰ ਓਕੇ ਕੀਤਾ ਕਿ ਹਾਂ ਬੰਦਾ ਇਹ ਅਗਲੇ ਦਿਨ ਰਿਪੋਰਟ ਆਈ 3 ਦਿਨ ਬਾਅਦ ਰਿਪੋਰਟ ਆਈ ਕਰਦੀ ਸੀ ਬਾਈ ਉਹਦੀ ਉਹ ਤੋਂ ਬਾਅਦ ਫਿਰ ਰਾਸ਼ੀ ਮੇਰੇ ਹੈਂਡ ਓਵਰ ਕਰਤੀ ਉਹਨਾਂ ਨੇ ਕਿ ਦੇ ਤਾਂ ਸਨਮਾਨ 'ਚ ਸਭ ਕੁਝ ਦਿੱਤਾ ਸੀ ਪਰ ਉਹਨੇ ਇਹ ਕਿਹਾ ਸੀ ਕਿ ਜੇ ਤੂੰ ਡੋਪ ਟੈਸਟ ਪਾਸ ਗਿਆ ਤੈਨੂੰ ਰਾਸ਼ੀ ਨਹੀਂ ਮਿਲਣੀ ਮੈਂ ਕੋਈ ਚੱਕਰ ਨਹੀਂ ਜੇ ਆਪਦੇ ਸਹੀ ਸੀ ਅਸੀਂ ਡੋਪ ਟੈਸਟ ਦੇਤਾ ਬਾਈ ਨਹੀਂ ਬਿਲਕੁਲ ਜੀ ਦੇਖੋ ਉਹ ਆਪਣੀ ਸਾਥ ਸਹੀ ਨੇ ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਕਬੱਡੀ ਕਲੀਨ ਤਾਂ ਉਹਦੇ ਵਾਸਤੇ ਸਖਤ ਬਾਈ ਆਪਾਂ ਸਹੀ ਕਹਿੰਦੇ ਹਾਂ ਸਹੀ ਹੋਏ ਸਾਰਾ ਕੁਝ ਸਹੀ ਹੋਏ ਹਾਂਜੀ ਪਰ ਸਾਰੇ ਇੱਕ ਬਰਾਬਰ ਹੋਣੇ ਚਾਹੀਦੇ ਹਾਂ ਉਹ ਨਾ ਹੋਏ ਕਿ ਯਾਰ ਮਾੜੇ ਨੂੰ ਦਵਾਈ ਜੋ ਨਹੀਂ ਨਹੀਂ ਬਿਲਕੁਲ ਆ ਵੀ ਗਲਤ ਗੱਲ ਹੈ ਨਾ ਬਾਈ ਨਹੀਂ ਨਹੀਂ ਬਿਲਕੁਲ ਬਿਲਕੁਲ ਸਿਫਾਰਸ਼ ਨਹੀਂ ਹੋਣੀ ਚਾਹੀਦੀ ਸਿਫਾਰਸ਼ ਵੀ ਕਿਹਾ ਬਾਈ ਹੁਣ ਸਹੀ ਗੱਲ ਹੈ ਇੱਕ ਜਿਹੜਾ ਨਾਮੀ ਪਲੇਅਰ ਹੈ ਚੱਲ ਵਧੀਆ ਪਲੇਅਰ ਹੈ ਚੱਲ ਮੈਂ ਹੀ ਲਾ ਲਿਆ ਕਿ ਚੱਲ ਜੇ ਨਾਮੀ ਪਲੇਅਰ ਬਣਿਆ ਹੋਇਆ ਮੈਂ ਜਵਾਕਾਂ 'ਚ ਟੈਸਟ ਕਰਾ ਕਰਾ ਕੇ ਆਪਣਾ ਮਨ ਸਿੱਧਾ ਕਰੀ ਹਾਂ ਮੈਂ ਆਪਣਾ ਟੈਸਟਾਂ ਦੇ ਹਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਬਾਈ ਬਿਲਕੁਲ ਹੋਰ ਕੀ ਹੈ ਹਾਂ ਤੇ ਹੋਰ ਗੱਲਬਾਤ ਬਾਈ ਕੋਈ ਹੋਰ ਗੱਲਬਾਤ ਤਾਂ ਜ਼ਿੰਦਗੀ 'ਚ ਚਲੀ ਜਾਂਦੀ ਵਧੀਆ ਬਾਈ ਜੀ ਹੋਰ ਕੀ ਮਿਹਨਤ ਕਰੀ ਜਾਂਦੇ ਮੈਸੇਜ ਤੁਹਾਨੂੰ ਚਾਹਣ ਵਾਲਿਆਂ ਨੂੰ ਮੈਸੇਜ ਬਾਈ ਆਹੀ ਜੇ ਕਬੱਡੀ ਬਾਰੇ ਤਾਂ ਕਹਿੰਦੇ ਬਈ ਕਬੱਡੀ ਖੇਡਣੀ ਹੈ ਜਿਹਨਾਂ ਬੰਦਿਆਂ ਨੇ ਬਈ ਮਿਹਨਤ ਜ਼ਰੂਰੀ ਹੈ ਬਹੁਤ ਅਤੇ ਮਿਹਨਤ ਨਾਲ ਖੁਰਾਕ ਜਿਹੜੇ ਬੰਦਿਆਂ ਦੀ ਆਹ ਸੋਚ ਹੈ ਨਾ ਕਿ ਰਾਤੋਂ ਰਾਤ ਸਟਾਰ ਬਣਨਾ ਉਹ ਵੀ ਰਾਤੋਂ ਰਾਤ ਸਟਾਰੇ ਬਣਦੇ ਰਾਤੋਂ ਰਾਤ ਹੇਠਾਂ ਆਉਂਦੇ ਆ ਹਾਂਜੀ ਬਿਲਕੁਲ ਐਂ ਨਹੀਂ ਹੁੰਦਾ ਹੁਣ ਸਾਡੇ ਕੋਚ ਸਾਹਿਬ ਨੇ ਅਸੀਂ ਦੱਸਿਆ ਸੀ ਕਿ ਸਟੈਪ ਟੂ ਸਟੈਪ ਚੱਲੂਗੇ ਕਾਮਯਾਬ ਹੋ ਜਾਊਂ ਜ਼ਿੰਦਗੀ ਦਾ ਜੇ ਇੱਕ ਦਾ ਜੰਪ ਮਾਰ ਕੇ ਉੱਪਰ ਜਾਊਂਗੇ ਫਿਰ ਉਹਦਾ ਨੁਕਸਾਨ ਵੱਧੇ ਹੋਣਾ ਆਪਾਂ ਨੂੰ ਹੁਣ ਹਾਂਜੀ ਹਾਂਜੀ ਬਿਲਕੁਲ ਬਾਈ ਜੀ ਹਾਂਜੀ ਅਤੇ ਬਾਈ ਜੀ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਆਉਂਦੇ ਹੋ ਬਾਹਰ ਆਉਂਦੇ ਹੋ ਜਾਂ ਅੰਦਰ ਆਉਂਦੇ ਹੋ ਤਾਂ ਪਬਲਿਕ ਨੇ ਜਿਹੜੇ ਤੁਹਾਨੂੰ ਚਾਹੁਣ ਵਾਲੇ ਨੇ ਉਹ ਸੈਲਫੀਆਂ ਵਾਸਤੇ ਬੜਾ ਅੱਗੇ ਪਿੱਛੇ ਰਹਿੰਦੇ ਨੇ ਅਤੇ ਉਹ ਕਿਵੇਂ ਲੱਗਦਾ ਉਦੋਂ ਤੁਹਾਨੂੰ ਬਾਈ ਉਸੇ ਕਰਕੇ ਨਾ ਜੇ ਕਬੱਡੀ ਕਹਿ ਵੀ ਦੀਏ ਨਾ ਕਿ ਹੁਣ 2 ਸਾਲ ਖੇਡਣੀ ਹੈ 5 ਸਾਲ ਖੇਡ ਲਉਂਗੇ ਉਸ ਕਰਕੇ ਹੌਸਲਾ ਬਹੁਤ ਵੱਡਾ ਹੌਸਲਾ ਬਹੁਤ ਵੱਡਾ ਹੋ ਜਾਂਦਾ ਬੰਦੇ ਦਾ ਹਾਂਜੀ ਮਾਣ ਬਹੁਤ ਵੱਡਾ ਹੋ ਜਾਂਦਾ ਮਾਣ ਬਹੁਤ ਵੱਡਾ ਬਾਈ ਗੱਲ ਮੈਂ ਦੱਸਾਂ ਤੁਹਾਨੂੰ ਤੁਸੀਂ ਸੈਲਫੀ ਵਾਲੀ ਗੱਲ ਛੇੜੀ ਇਹ ਮੈਂ ਨਾਰਾਇਣ ਨਗੋਦਰ 'ਚ ਖੇਡਦਾ ਸੀ ਭੋਗੀ ਵਾਲਾ ਪਿੰਡ ਹੈ ਬਾਈ ਸ਼ਾਇਦ ਭੋਗੀ ਵਾਲਾ ਪਿੰਡ ਹੈ ਕੋਟਲੇ ਕੋਲੇ ਨਹੀਂ ਨਹੀਂ ਆ ਨਿਰਮਲ ਨਹੀਂ ਖੇਡਦਾ ਲੋਪੋ ਵਾਲਾ ਹਾਂਜੀ ਰੇਡਰ ਉਹਦੇ ਪਿੰਡ ਕੋਲ ਮੈਂ ਜੀ ਭੋਗੀ ਵਾਲਾ ਪਤਾ ਨਹੀਂ ਭੋਗੀ ਪਰ ਇਹ ਜਿਹਾ ਪਿੰਡ ਹੈ ਉੱਥੇ ਜੀ ਮੇਰੇ ਫੋਨ 'ਚ ਵੀ ਫੋਟੋ ਮੈਂ ਦਿਖਾ ਸਕਦਾ ਫੋਟੋ ਮੈਂ ਆਪਣੇ ਘਰ ਵੀ ਵੱਡੀ ਫੋਟੋ ਕਰਾ ਕੇ ਲਾਈ ਹੈ ਜੀ 4 ਸਾਲ ਦੀ ਕੁੜੀ ਆਈ ਜੀ 7:30 ਦਾ ਟਾਈਮ ਸੀ ਸਿਆਲ ਦਾ ਕਹਿੰਦੀ ਅੰਕਲ ਨਾਲ ਫੋਟੋ ਕਰਾਉਣੀ ਹੈ ਗੁਰਦੀਪ ਅੰਕਲ ਨਾਲ ਮੈਂ ਤੇ ਮੰਗੀ ਭਾਅ ਜੀ ਖੜੇ ਸੀ ਉਹ ਉਹਦਾ ਚਾਚਾ ਜੀ ਨਾਲ ਉਹ ਆਪਣੇ ਫੋਨ 'ਚ ਫੋਟੋ ਖਿੱਚ ਕੇ ਲੈ ਗਏ ਮੈਂ ਰੁਕੋ ਫਿਰ ਮੇਰੇ 'ਚ ਵੀ ਖਿੱਚੋ ਮੈਂ ਉਹ ਫੋਟੋ ਹੁਣ ਵੀ ਸਕਰੀਨ ਸੇਵ ਲਾ ਕੇ ਰੱਖਦਾ ਸੀ ਵਟਸਐਪ 'ਤੇ ਵੀ ਲਾ ਕੇ ਰੱਖਦਾ ਸੀ ਲੋਕਾਂ ਨੂੰ ਪਹਿਲਾਂ ਤਾਂ ਆਈ ਸੀ ਕਿ ਇਹਦੀ ਗੁੜੀ ਆ ਇਹ ਬਾਈ ਜੀ 3-4 ਸਾਲਾਂ ਦੀ ਹੋ ਗਈ ਬਾਈ ਉਹ ਘਰਦੇ ਵੀਰਾਂ ਨੂੰ ਮੰਨ ਗਿਆ ਗੁੜੀਆ ਫੋਟੋ ਖਿਚਾਉਣਾ ਹੀ ਹੈ ਤੇਰੇ ਨਾਲ ਬਾਈ ਹੁਣ ਕੌਡੀ ਜੇ ਮੈਂ 2 ਸਾਲ ਖੇਡਾਂ ਮੈਂ ਇਹੋ ਜਿਹੀ ਫੋਟੋ ਦੇਖ ਕੇ ਮੈਂ ਕਹੂੰਗਾ ਨਾ 2-4 ਸਾਲ ਹੋਰ ਖੇਡਾ ਬਿਲਕੁਲ ਐਨਰਜੀ ਮਿਲਦੀ ਹੈ ਹੌਸਲਾ ਐਨਰਜੀ ਮਿਲਦੀ ਹੈ ਉਹ ਮੈਂ ਸੋਚੀਆਂ ਕਿ 3-4 ਸਾਲ ਦੀ ਕੁੜੀਆਂ ਨੂੰ ਕੀ ਪਤਾ ਹੋਊ ਪਰ ਉਹਨੇ ਨਾਮ ਲੈ ਕੇ ਆ ਗਈ ਗੁਰਦੀਪ ਅੰਕਲ ਨਾਲ ਫੋਟੋ ਖਿਚਾਉਣੀ ਹੈ ਵਾਹ ਫੋਟੋ ਹਾਲ ਵੀ ਮੇਰੇ ਫੋਨ 'ਚ ਪਈ ਹੈ ਬਾਈ ਉਹ ਵੱਡੀ ਕਿਰਾਏ ਘਰ ਵੀ ਲਾਈ ਹੋਈ ਹੈ ਫੋਟੋ ਵਾਹ ਜੀ ਵਾਹ ਕੀ ਬਾਤ ਹੈ ਬਾਈ ਜੀ ਹਾਂਜੀ ਸੋ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹਾਂਜੀ ਹਾਂਜੀ ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਵਰਗੇ ਹੀਰੇ ਕਬੱਡੀ ਖਿਡਾਰੀਆਂ ਨੂੰ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਈਏ ਬਾਈ ਤੁਹਾਡਾ ਹੀ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਕਬੱਡੀ ਬਾਰੇ ਨਹੀਂ ਕਬੱਡੀ ਤੁਹਾਨੂੰ ਪਤਾ ਹੀ ਹੈ ਕਬੱਡੀ ਨਾਲ ਪਿੰਡਾਂ 'ਚ ਸੀ NRI ਵੀ ਰਹਿਣ ਚੱਕਦੀ ਕੁਝ ਜਿਹੜੇ ਚੰਗੇ ਉਸਤਾਦ ਆ ਉਹਨਾਂ 'ਚ ਚੱਕਦੀ ਹੁਣ ਤੁਸੀਂ ਜਿਹੜਾ ਉਪਰਾਲਾ ਕਰਿਆ ਉਹ ਤਾਂ ਜਮਾਂ ਹੀ ਬੈਸਟ ਹੈ ਬਹੁਤ ਵਧੀਆ ਤਰੀਕਾ ਇਹਦਾ ਚਲੋ ਉਹ ਤੁਹਾਡੇ ਵਰਗਿਆਂ ਦੇ ਸਹਿਯੋਗ ਨਾਲ ਹੈ ਸਾਨੂੰ ਤੁਸੀਂ ਸਮਾਂ ਦਿੰਦੇ ਹੋ ਤਾਂ ਫਿਰ ਸਾਨੂੰ ਹੌਸਲਾ ਮਿਲਦਾ ਹੈ ਹੌਸਲੇ ਨਾਲ ਹੀ ਬੰਦਾ ਕੰਮ ਚੱਲਦਾ ਬਾਈ ਬਿਲਕੁਲ ਬਾਈ ਪਲੇਅਰ ਤਾਂ ਕੋਈ ਮਾੜਾ ਨਹੀਂ ਹੁੰਦਾ ਅੱਜ ਦੇ ਟਾਈਮ ਤੁਹਾਨੂੰ ਪਤਾ ਹੀ ਹੈ ਹਾਂਜੀ ਇਹ ਕਹਿੰਦੇ ਬੰਦੇ ਨੂੰ ਮੜੀ ਥਾਪੀ ਚਾਹੀਦੀ ਹੈ ਬੰਦੇ ਜਿਹੜਾ ਮਰਜ਼ੀ ਕੰਮ ਕਰਾ ਲਓ ਜਿਹੜਾ ਮਰਜ਼ੀ ਕੰਮ ਕਰਾ ਲਓ ਬਿਲਕੁਲ ਜੀ ਬਿਲਕੁਲ ਸਹੀ ਹੈ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਧੰਨਵਾਦ ਸਮਾਂ ਦਿੱਤਾ ਸੋ ਦੋਸਤੋ ਇਹ ਸਨ ਮਾਂ ਖੇਡ ਕਬੱਡੀ ਦੇ ਉੱਚੇ ਲੰਮੇ ਗੱਭਰੂ ਗੁਰਦੀਪ ਜੀਰਕਪੁਰ ਜੀ ਅੱਜ ਆਪਾਂ ਨੇ ਗੱਲਾਂ ਬਾਤਾਂ ਕੀਤੀਆਂ ਸੋ ਅਗਲੀ ਵਾਰੀ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਵੇਖਦੇ ਰਹੋ ਰੰਗ ਪੰਜਾਬ ਦੇ ਯੂਟਿਊਬ ਚੈਨਲ ਸਤਿ ਸ਼੍ਰੀ ਅਕਾਲ